ਕਿ ਤੁਸੀਂ ਜੇ ਨਰਸ ਬਾਨਣਾ ਚਾਹੁੰਦੇ ਹੋ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਤੋਂ ਤੁਸੀਂ ਨਰਸਿੰਗ ਕੰਪਲੀਟ ਕੀਤੀ ਹੈ ਮੈਂ ਤੁਹਾਡੀ ਹੈਲਪ ਕਰ ਸਕਦੀ ਐ ਐਨਕਲਿਕਸ ਦਾ ਐਗਜ਼ਾਮ ਪਾਸ ਕਰਨ ਨੂੰ ਤਿਆਰੀ ਵੀ ਤੁਹਾਡੀ ਆਨਲਾਈਨ ਕਲਾਸਸਾਂ ਨਾਲ ਹੀ ਹੋਏਗੀ ਤੁਸੀਂ ਇੰਡੀਆ 'ਚ ਬੈਠੇ ਕਿਸੇ ਵੀ ਕੰਟਰੀ ਦਾ ਚਾਹੇ ਕੈਨੇਡਾ ਦਾ ਹੋਵੇ ਆਸਟ੍ਰੇਲੀਆ ਦਾ ਯੂਕੇ ਨਿਊਜ਼ੀਲੈਂਡ ਤੁਸੀਂ ਐਨਕਲਿਕਸ ਐਗਜ਼ਾਮ ਆਨਲਾਈਨ ਦੇ ਸਕਦੇ ਹੋ ਤੇ ਜਿਹੜਾ ਹੈਗਾ ਐਨਕਲਿਕਸ ਦਾ ਐਗਜ਼ਾਮੀਨੇਸ਼ਨ ਦੀ ਤਿਆਰੀ ਆਲਮੋਸਟ 3 ਟੂ 4 ਮੰਥਸ ਵਿੱਚ ਹੋ ਜਾਂਦੀ ਹੈਗੀ ਕੰਪਲੀਟ ਉਸ ਤੋਂ ਬਾਅਦ ਜੇ ਤੁਸੀਂ ਆਸਟ੍ਰੇਲੀਆ ਆਣਾ ਚਾਹੁੰਦੇ ਹੋ ਤਾਂ ਆਸਕੀ ਦੀ ਤਿਆਰੀ ਵਿਦਿਨ 1 ਮੰਥ ਮੈਂ ਹੈਗੀ ਆ ਸਟਿਮੂਲੇਸ਼ਨ ਸੈਂਟਰ ਲਈ ਯੂ ਵਿਲ ਬੀ ਰੈਡੀ ਫॉर दैट ਬੇਸਿਕ ਕੁਆਲੀਫਿਕੇਸ਼ਨ ਤੁਹਾਡੀ ਸਿਰਫ ਜੀਐਨਐਮ ਚਾਹੀਦੀ ਆ ਕੋਈ ਬੈਂਕ ਬੈਲੈਂਸ ਦੀ ਲੋਨ ਨਹੀਂ ਹੈਗੀ ਕਿਉਂਕਿ ਜੇ ਤੁਸੀਂ ਐਨਕਲਿਕਸ ਕਲੀਅਰ ਕਰ ਜਾਂਦੇ ਹੋ ਯੂ ਵਿਲ ਬੀ ਸਪਾਂਸਰਡ ਐਜ਼ ਅ ਰਜਿਸਟਰਡ ਨਰਸ ਕਿਉਂਕਿ ਤੁਸੀਂ ਰਜਿਸਟਰਡ ਨਰਸ ਓਵਰਸੀਜ਼ ਚ ਬਣ ਜਾਓਗੇ ਉਹਨਾਂ ਨੇ ਤੁਹਾਡਾ ਬੈਂਕ ਬੈਲੈਂਸ ਨਹੀਂ ਦੇਖਣਾ ਉਹਨਾਂ ਨੇ ਤੁਹਾਡੀ ਸਿਰਫ ਕੁਆਲੀਫਿਕੇਸ਼ਨ ਦੇਖਣੀ ਆ ਐਨਕਲਿਕਸ ਪਾਸ ਕੀਤਾ ਔਸਕੀ ਪਾਸ ਕੀਤੀ ਆਇਲਸ ਕਲੀਅਰ ਕੀਤਾ ਇਹ ਸਾਰੀਆਂ ਚੀਜ਼ਾਂ ਕਲੀਅਰ ਕਰ ਲਓਗੇ ਤੁਸੀਂ ਦੈਨ ਇਟ ਵਿਲ ਬੀ ਗੁੱਡ ਫॉर ਯੂ ਤੁਸੀਂ ਸਿਰਫ 450 ਡਾਲਰ ਦੇ ਕੇ ਆਪਣੀ ਪ੍ਰੋਫਾਈਲ ਕ੍ਰੀਏਟ ਕਰਕੇ enclix ਦੇ एग्जाम ਦੇ ਲਈ ਤੁਸੀਂ ਪੇਮੈਂਟ ਕਰ ਸਕਦੇ ਹੋ ਆਨਲਾਈਨ ਤੁਸੀਂ ਆਨਲਾਈਨ ਕਰ ਦੋਗੇ ਉਹਨਾਂ ਨੇ ਤੁਹਾਨੂੰ ਵਿਦਿਨ 1 ਮੰਥ 2 2 ਮੰਥ ਦੇ ਵਿੱਚ enclix ਦੀ ਡੇਟ ਦੇ ਦੇਣੀ ਹੈਗੀ ਆ ਮੈਂ ਰਜਿਸਟਰਡ ਨਰਸਿਸ ਨੂੰ ਜੌਬ ਵੀ ਦਿੰਦੀ ਆ ਮੇਰੇ ਕੋਲ ਹਰ ਤਰੀਕੇ ਦੀਆਂ ਜੌਬਸ ਨੇ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਬਿਅਾਨਣੇ ਹੋ ਤੁਸੀਂ enclix ਦੀ ਤਿਆਰੀ ਲਿਆਣੇ ਹੋ ਚਾਹੇ ਤੁਸੀਂ ਕੈਨੇਡਾ ਆਸਟ੍ਰੇਲੀਆ ਹੈਗੇ ਆ ਮੇਰੇ ਕੋਲ ਡਿਫਰੈਂਟ ਟਾਈਪਸ ਦੀਆਂ 7 ਡਿਫਰੈਂਟ ਟਾਈਪਸ ਦੀਆਂ ਜੌਬਸ ਨੇ ਚਾਹੇ ਤੁਸੀਂ ਲਾਂਡਰੀ ਚ ਕਰੋ ਕਲੀਨਿੰਗ ਚ ਕਰੋ ਚਾਹੇ ਤੁਸੀਂ ਕਿਚਨ ਚ ਕਰੋ ਚਾਹੇ ਕੇਅਰ ਸਟਾਫ ਦੀ ਕਰੋ ਚਾਹੇ ਆਰ ਐਨ ਡੀ ਕਰੋ ਚਾਹੇ ਕਲੀਨਿਕਲ ਮ ਅੰਡਰ 7 ਰੋਲਸ ਨੇ ਜਿਹੜੇ ਕਿ ਮੈਂ ਤੁਹਾਨੂੰ ਡਿਫਰੈਂਟ ਡਿਫਰੈਂਟ ਆਰਗੇਨਾਈਜੇਸ਼ਨਸ ਵਿੱਚ ਭੇਜ ਕੇ ਤੁਹਾਡੀ ਜੌਬ ਲਗਵਾ ਸਕਦੀਆਂ ਆਈ ਕੈਨ ਡੈਫੀਨੇਟਲੀ ਸਪੋਰਟ ਯੂ ਆਲ ਮੈਂ ਕਦੀ ਹੱਥ ਛੱਡੂੰਗੀ ਨਹੀਂ ਜੇ ਫੜ ਲਿਆ ਹੈਗਾ ਤੇ ਤੁਹਾਨੂੰ ਐਂਡ ਟਿਕਟ ਤੁਹਾਡੀ ਰਜਿਸਟਰਡ ਪ੍ਰੈਕਟਿਸ਼ਨਰ ਦੀ ਜੌਬ ਤੱਕ ਹੀ ਲੈ ਕੇ ਜਾਊਂਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜ ਅਸੀਂ ਇੱਕ ਬਹੁਤ ਹੀ ਇੰਟਰਸਟਿੰਗ ਯਾਹ ਵਿਸ਼ਾ ਤੁਹਾਡੇ ਲਈ ਲੈ ਕੇ ਆਏ ਆ ਪਤੇ ਦੀ ਗੱਲ ਪਤਦੀ ਗੱਲ ਐਸ ਕਰਕੇ ਹੈ ਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਲਗਾਤਾਰ ਜਹਾਜ਼ ਪਰ ਪਰ ਕੇ ਬਾਹਰ ਜਾ ਰਹੇ ਐ ਤੇ ਵਿਦੇਸ਼ਾਂ ਚ ਪੜਨ ਦੀ ਹਮੇਸ਼ਾ ਤੋਂ ਸਾਰਿਆਂ ਨੂੰ ਬਹੁਤ ਜ਼ਿਆਦਾ ਜਿਹੜੀ ਚਾਹ ਨਾਲ ਰਹੀ ਐ ਪਰ ਉਸ ਚਾਹ ਦੇ ਵਿੱਚ ਇਹ ਗੱਲ ਕਰੀਏ ਤੁਹਾਨੂੰ ਕੋਈ ਹੈਲਪ ਵੀ ਹੋਣੀ ਚਾਹੀਦੀ ਕਿਉਂਕਿ ਚਾਹੇ ਪੈਸੇ ਤੁਹਾਡੇ ਕੋਲ ਹੋਣ ਚਾਹੇ ਤੁਹਾਡੇ ਕੋਲ ਤੌਰ ਤਰੀਕੇ ਹੋਣ ਪਰ ਉੱਥੇ ਪੜਨ ਦਾ ਕੀ ਜ਼ਰੀਆ ਬਣੇ ਕੌਣ ਤੁਹਾਨੂੰ ਗਾਈਡ ਕਰੇ ਉਹ ਸਵਾਲ ਹਰ ਉਸ ਬੱਚੇ ਦੇ ਸਾਹਮਣੇ ਜਾਂ ਉਸ ਐਸਪੀਰੈਂਟ ਦੇ ਸਾਹਮਣੇ ਰਹਿੰਦੇ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਬਹੁਤ ਸਾਰੇ ਤਰੀਕੇ ਨੇ ਬਾਹਰ ਜਾਣ ਦੇ ਲੋਗ ਆਲਸ ਕਰਕੇ ਬਾਹਰ ਜਾਂਦੇ ਨੇ ਉੱਥੇ ਪਹੁੰਚ ਜਾਂਦੇ ਨੇ ਡਿਫਰੈਂਟ ਪੜ੍ਹਾਈਆਂ ਕਰਨ ਵਾਸਤੇ ਯੂਨੀਵਰਸਿਟੀਆਂ ਕਾਲਜੇਸ ਦੇ ਵਿੱਚ ਪਰ ਉਸ ਦੇ ਨਾਲ ਨਾਲ ਹੀ ਹੁਣ profession ਕਿਡਾ ਦੇਖਿਆ ਜਾਏ ਜਿਨ੍ਹਾਂ ਨੇ ਡਿਫਰੈਂਟ ਡਿਫਰੈਂਟ professions 'ਚ ਜਾਣਾ ਹੈ ਉਹਨਾਂ ਲਈ ਗਾਈਡੈਂਸ ਪ੍ਰੋਪਰ ਹੋਣੀ ਚਾਹੀਦੀ ਹੈ ਔਰ ਡਿਫਰੈਂਟ ਡਿਫਰੈਂਟ ਹੀ ਹੁੰਦੀ ਹੈ ਪਰ ਖਾਸ ਤੌਰ ਤੇ ਹੈਲਥ ਕੇਅਰ ਜਿਹੜਾ ਹੈਗਾ ਉਹ ਬਹੁਤ ਹੀ ਅਹਿਮ ਹੈ ਜੀ ਅਸੀਂ 휴ਮੈਨਿਟੀ ਦੀ ਮਨੁੱਖਤਾ ਦੀ ਗੱਲ ਕਰੀਏ ਲੋਕਾਂ ਦੀ ਗੱਲ ਕਰੀਏ ਜਿੱਥੋਂ ਤੱਕ ਬਿਮਾਰਾਂ ਨੂੰ ਹੈਲਥ케ਅਰ ਦੀ ਲੋਡ ਪੈਂਦੀ ਹੈ ਡਾਕਟਰਾਂ ਦੀ ਲੋਡ ਪੈਂਦੀ ਹੈ ਤੇ ਸਭ ਤੋਂ ਅਹਿਮ ਰੋਲ ਜਿਹੜਾ ਹੁੰਦਾ ਉਹ ਨਰਸਿਸ ਦਾ ਹੁੰਦਾ ਹੈ ਨਰਸਿੰਗ ਸਟਾਫ ਜਿਹੜਾ ਹੈਗਾ ਡਾਕਟਰ ਵੀ ਆਪਣੀ ਜਗ੍ਹਾ ਅਹਿਮ ਨੇ ਕਿਉਂਕਿ ਉਹਨਾਂ ਨੇ ਡਾਇਗਨੋਸ ਕਰਨਾ ਹੈਗਾ ਉਹਨਾਂ ਨੇ ਹੋਰ ਸਾਰੀਆਂ ਚੀਜ਼ਾਂ ਕਰਨੀਆਂ ਪਰ ਨਰਸਿਸ ਨੇ ਬੇਸਿਕਲੀ ਜਿਹੜਾ ਹੈਗਾ ਉਸ ਮਰੀਜ਼ ਨੂੰ ਜਾਂ ਉਸ ਡਿਪਾਰਟਮੈਂਟ ਦੀ ਰੀਡ ਦੀ ਹੱਡੀ ਨਰਸਿੰਗ ਸਟਾਫ ਕਿਹਾ ਜਾਂਦਾ ਹੈ ਹੁਣ ਇਹਦੇ ਨਾਲ ਹੀ ਜੇ ਵਿਦੇਸ਼ਾਂ ਜਾ ਕੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਕਿਵੇਂ ਦੇ ਕੋਰਸ ਹੋਣੇ ਚਾਹੀਦੇ ਐ ਕੌਣ ਗਾਈਡ ਕਰੇਗਾ ਤੁਹਾਨੂੰ ਉਹਦੇ ਲਈ ਅੱਜ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਗਾਈਡ ਦੇ ਨਾਲ ਜਿਹੜੇ ਤੁਹਾਨੂੰ ਸਾਰੀ ਗੱਲਾਂ ਦੱਸਣਗੇ ਇਸ ਬਾਰੇ ਖਾਸ ਕਰਕੇ ਉਹ ਬੱਚੇ ਜਾਂ ਨੌਜਵਾਨ ਜਾਂ ਉਹ ਐਸਪੀਰੈਂਟਸ ਜਾਂ ਉਹ ਲੋਕ ਜਿਹੜੇ ਬਾਹਰ ਵਿਦੇਸ਼ਾਂ 'ਚ ਜਾ ਕੇ ਪੜ੍ਹਨਾ ਚਾਹੁੰਦੇ ਐ ਔਰ ਹੈਲਥ ਕੇਅਰ 'ਚ ਖਾਸ ਤੌਰ ਤੇ ਨਰਸਿੰਗ ਦੇ ਵਿੱਚ ਆਪਣਾ ਉੱਥੇ ਮੁਕਾਮ ਹਾਸਲ ਕਰਨਾ ਚਾਹੁੰਦੇ ਐ ਜਾਂ ਪ੍ਰੋਫੈਸ਼ਨ 'ਚ ਜੁਆਇਨ ਕਰਨਾ ਚਾਹੁੰਦੇ ਐ ਐਨਕਲਿਕਸ ਇੱਕ ਇਹਿਜਾ ਟੈਸਟ ਹੈਗੇ ਜਿਹੜਾ ਤੁਹਾਨੂੰ ਪਾਸ ਕਰਨਾ ਪੈਂਦਾ ਉਹ ਕਿੱਥੇ ਪਾਸ ਕਰਨਾ ਪੈਂਦਾ ਕਿਉਂ ਪਾਸ ਕਰਨਾ ਪੈਂਦਾ ਕੀ ਫਾਇਦੇ ਨੇ ਕਿਦਾਂ ਉਹਦੇ ਵਿੱਚ ਟੈਸਟ ਦੀ ਤਿਆਰੀ ਕੀਤੀ ਜਾਵੇ ਉਹਨਾਂ ਸਾਰੀਆਂ ਗੱਲਾਂ ਦੇ ਬਾਰੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਭਾਵਨਾ ਕੌਰ ਦੇ ਨਾਲ ਸਾਡੇ ਨਾਲ ਭਾਵਨਾ ਕੌਰ ਨੇ ਉਹ ਕਿਉਂ ਨਹੀਂ ਸਾਡੇ ਨਾਲ ਤੁਹਾਨੂੰ ਹੁਣੀ ਦੱਸ ਦਿਆਂ ਪਹਿਲੇ ਮਿਲਵਾਨਿਆ ਭਾਵਨਾ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ so much ਭਾਵਨਾ ਜੀ ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਕਿਉਂਕਿ ਮੈਂ ਤੁਹਾਡਾ ਪੈਂਫਲੈਟ ਦੇਖ ਰਹੀ ਆ ਉਸ ਖਾਸ ਕਰਕੇ ਪੈਂਫਲੈਟ ਤੇ ਤੁਸੀਂ ਜਿਹੜਾ ਲਿਖਿਆ ਉਹਦੇ ਤੇ ਲਿਖਿਆ ਕਿ ਵਾਂਟ ਟੂ ਬਿਕਮ ਐਨ ਇੰਟਰਨੈਸ਼ਨਲ ਨਰਸ ਉਹਦੇ ਬਾਅਦ ਤੁਸੀਂ ਖਾਸ ਤੌਰ ਤੇ ਇਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਦਸੀਆਂ ਸੈਮੀਨਾਰਸ ਦੀ ਗੱਲ ਕੀਤੀ ਹੈ ਇਹਦੇ ਵਿੱਚ ਡਿਟੇਲਡ ਇਨਫੋਰਮੇਸ਼ਨ ਐਂਡ ਕਲੈਕਸ ਤੇ ਬਾਰੇ ਖਾਸ ਕਰਕੇ ਤੁਸੀਂ ਇੱਥੇ ਦੱਸਿਆ ਤੇ ਕੁਝ ਕਿ ਤੁਸੀਂ ਸਿਟੀਜ਼ ਦੇ ਬਾਰੇ ਵੀ ਇੱਥੇ ਗੱਲ ਕਰੇ ਚੰਡੀਗੜ੍ਹ ਅੰਮ੍ਰਿਤਸਰ ਜਲੰਧਰ ਔਰ ਲੁਧਿਆਣਾ ਆਇਕ ਪੈਂਫਲੈਟ ਤੋਂ ਸਾਨੂੰ ਕੀ ਸੁਜੈਸਟ ਕਰਦਾ ਹੈ ਬੇਸਿਕਲੀ ਕਿਉਂ ਇਹ ਪੈਂਫਲੈਟ ਤੁਸੀਂ ਛਪਾਇਆ ਔਰ ਅੱਜ ਆਪਾਂ ਬੈਠੇ ਕੀ ਗੱਲ ਕਰਨ ਵਾਸਤੇ ਆ ਹਾਂਜੀ ਸ਼ਕਲ ਜੀ ਸਾਰਿਆਂ ਨੂੰ ਦੇਖੋ ਇਹ ਪੈਨਫਲੇਟ ਦਾ ਮੇਨ ਮਕਸਦ ਇਹ ਹੈਗਾ ਕਿ ਲੋਕਾਂ ਤੱਕ ਮੈਂ ਸਹੀ ਮੈਸੇਜ ਪਹੁੰਚਾ ਸਕਾਂ ਕਿ ਤੁਸੀਂ ਜੇ ਨਰਸ ਬਾਨਾ ਚਾਹੁੰਦੇ ਹੋ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਤੋਂ ਤੁਸੀਂ ਨਰਸਿੰਗ ਕੰਪਲੀਟ ਕੀਤੀ ਹੈ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ ਐਨਕਲਿਕਸ ਦਾ ਐਗਜ਼ਾਮ ਪਾਸ ਕਰਨ ਨੂੰ ਜੇ ਤੁਸੀਂ ਆਸਟ੍ਰੇਲੀਆ ਆਣਾ ਹੈਗਾ ਤੇ ਮੈਂ ਤੁਹਾਨੂੰ ਐਨਕਲਿਕਸ ਤੇ ਆਸਕੀ ਦੋਨਾਂ ਦੀ ਤਿਆਰੀ ਕਰਾ ਸਕਦੀ ਹਾਂ ਤੇ ਪੈਨਫਲੇਟ ਦਾ ਇਹ ਮਕਸਦ ਹੈਗਾ ਕਿ ਮੈਂ ਡਿਫਰੈਂਟ ਕੰਟਰੀ ਸਟੇਟਸ ਵਿੱਚ ਸੌਰੀ ਸਿਟੀਜ਼ ਵਿੱਚ ਜਾ ਕੇ ਤੇ ਮੈਂ ਕੋਸ਼ਿਸ਼ ਕਰਾਂ ਕਿ ਮੈਂ ਤੁਹਾਨੂੰ ਸਭ ਨੂੰ ਐਨਕਲਿਕਸ ਦੇ ਬਾਰੇ ਦੱਸ ਸਕਾਂ ਕਿ ਵਾਟ ਇਜ਼ ਦਿਸ ਐਗਜ਼ਾਮ out how can i be the best coach for you to guide you through how you can pass your enclix examination thoda ji mainu apne bare dasso tusi kya nahi how can i be a best coach for you ਤੁਹਾਡੇ ਕੋਲ ਲੋਕ ਆਣ ਤੇ ਤੁਸੀਂ ਤੁਹਾਡੀ ਬੈਕਗ੍ਰਾਉਂਡ ਤੁਹਾਡੀ ਬੈਕਡ੍ਰੌਪ ਕਿਵੇਂ ਲੋਕ ਕਿਉਂ ਤੁਹਾਡੀ ਮਤਲਬ ਸਹਾਇਤਾ ਕਿਉਂ ਲੈਣ ਕਿਉਂਕਿ ਡੈਫੀਨਿਟਲੀ ਜਦੋਂ ਕੋਈ ਕਿਸੇ ਨੇ IAS ਦੀ ਤਿਆਰੀ ਕਰਨੀ ਹੈ ਕਿਸੇ ਨੇ ਕਿਸੇ ਹੋਰ ਕੰਪੀਟੀਟਿਵ ਇਗਜ਼ਾਮ ਬੈਂਕਿੰਗ ਦੇ ਤਿਆਰੀ ਕਰਨੀ ਹੈ ਤਾਂ ਉਹਨਾਂ ਦੇ ਲੋਕਾਂ ਕੋਲ ਜਾਣਗੇ ਬੈਂਕਿੰਗ ਦੀ ਤਿਆਰੀ ਕਰਵਾਉਣ ਵਾਲੇ ਐਕਸਪਰਟਸ ਜਿਹੜੇ ਹੁੰਦੇ ਨੇ IAS ਦੀ ਤਿਆਰੀ ਕਰਨ ਵਾਸਤੇ ਤੇ ਬੈਕਡ੍ਰੌਪ ਦੇ ਵਿੱਚ ਉਹਵੇਂ ਦੇ ਲੋਕ ਹੋਣਗੇ ਜਿਨ੍ਹਾਂ ਨੇ ਕੋਈ IAS ਦੀ ਜਾਂ ਤਾਂ ਆਪ ਉਹ ਕਿਤੇ ਨਾ ਕਿਤੇ ਰਹੇ ਹੋਣਗੇ ਐਜ਼ ਐਨ IAS ਆਫੀਸਰ ਜਾਂ ਉਸ ਪੂਰੀ ਦੀ ਪੂਰੀ ਉਸ ਸਟਡੀ ਉਸ ਜ਼ੋਨ ਛੋਣਗੇ ਆਦਰਵਾਇਜ਼ ਨੇ ਜਾਂ ਫਿਰ ਉਹਨਾਂ ਦੀ ਉਹਦੇ ਵਿੱਚ ਹੀ ਕਿਸੇ ਤਰੀਕੇ ਦੀ ਪ੍ਰੈਪਰੇਸ਼ਨ ਹੋਏਗੀ ਲੈਕਚਰਰਸ ਹੋਣਗੇ ਅਧਿਆਪਕ ਹੋਣਗੇ ਤੁਸੀਂ ਆਪਣੀ ਥੋੜੀ ਜਿਹੀ ਬੈਕ ਡ੍ਰੌਪ ਦੱਸੋ ਹਾਂਜੀ ਮੈਂ ਡੀ ਐਮ ਸੀ ਦੇ ਪਾਸ ਆਊਟ ਐ 1996 ਵਿੱਚ ਮੈਂ ਆਪਣੀ ਜਨਰਲ ਨਰਸਿੰਗ ਕੰਪਲੀਟ ਕੀਤੀ ਉਸ ਤੋਂ ਬਾਅਦ ਮੈਂ ਰਜਿਸਟਰਡ ਨਰਸ 2002 ਤੋਂ ਲੈ ਕੇ ਅੱਜ ਦੇ ਦਿਨ ਤੱਕ ਰਜਿਸਟਰਡ ਪ੍ਰੈਕਟिशनर ਹੈਗੀ ਹਾਂ ਆਸਟ੍ਰੇਲੀਆ ਦੇ ਵਿੱਚ ਨਰਸਿੰਗ ਮੇਰੀ ਪੋਸਟ ਗ੍ਰੈਜੂਏਸ਼ਨ ਕੁਆਲੀਫਿਕੇਸ਼ਨ ਹੈ ਕਲੀਨਿਕਲ ਨਰਸਿੰਗ ਇਨ ਨਿਊਰੋਸਾਇੰਸ ਸਟਰੀਮ ਕਲੀਨਿਕਲ ਨਰਸਿੰਗ ਦੇ ਵਿੱਚ ਮੇਰਾ ਆਈ ਸੀ ਯੂ ਦਾ ਐਕਸਪੀਰੀਅੰਸ ਹੈਗਾ 18 ইয়ারਸ ਦਾ ਮੈਂ ਪੋਸ and i've been a clinical nurse specialist for last 22 years in australia they buy the best coaching from me because i've got the knowledge i've got the skill set and i've done cert 4 in training assessment which makes me a certified qualified educator in australia they, more than 26 years of nursing experience education experience i can guide you through the right protocol of passing the nclex and osce examination as well yeah. Yeah. ਤੁਹਾਨੂੰ ਦੱਸ ਰਹੀਏ ਖਾਸ ਕਰਕੇ ਜਿਹੜੇ ਇੰਡੀਆ ਦੇ ਵਿੱਚੋਂ ਚਾਵਨ ਸਟੂਡੈਂਟਸ ਨੇ ਜਿਹੜੇ ਐਸਪੀਰੀਐਂਟਸ ਨੇ ਆਸਟ੍ਰੇਲੀਆ ਚੋਂ ਆਪ ਰਹਿੰਦੇ ਆ 2 ਦਹਾਕਿਆਂ ਤੋਂ ਉੱਪਰ ਮੀਨਸ ਕੀ 20 ਸਾਲ ਤੋਂ ਜ਼ਿਆਦਾ ਉਹਨਾਂ ਦਾ ਆਪਣਾ ਇਹਦੇ ਵਿੱਚ ਐਕਸਪੀਰੀਐਂਸ ਹੈਗਾ ਉਹਨਾਂ ਨੇ ਖੁਦ ਕੰਮ ਕੀਤਾ ਐਸ ਕਿੱਤੇ ਦੇ ਵਿੱਚ ਨਰਸਿੰਗ ਦੇ ਵਿੱਚ ਉਹਦੇ ਬਾਅਦ ਉਹਨਾਂ ਨੂੰ ਸਾਰੇ ਸਕਿੱਲ ਸੈਟ ਸਾਰੇ ਉਹ ਤੌਰ ਤਰੀਕੇ ਆਉਂਦੇ ਨੇ ਕਿ ਤੁਸੀਂ ਇੱਥੋਂ ਜੇ ਆਸਟ੍ਰੇਲੀਆ ਜਾ ਕੇ ਜਾਂ ਕਿਸੇ ਦੂਸਰੇ ਕੰਟਰੀ 'ਚ ਜਾਣਾ ਚਾਹੁੰਦੇ ਹੋ ਕਿਉਂਕਿ enclix ਉਹਨਾਂ ਦਾ ਕਹਿਣਾ ਹੈਗਾ ਕਿ ਆਸਟ੍ਰੇਲੀਆ ਦੇ ਲਈ ਤੁਹਾਡੇ ਲਈ ਇੱਕ ਪ੍ਰੋਵੀਜ਼ਨ ਹੈਗਾ ਜੇ ਟੈਸਟ ਪਾਸ ਕਰਕੇ ਤੁਸੀਂ ਪਹੁੰਚ ਸਕਦੇ ਹੋ ਤੇ ਨਰਸਿੰਗ 'ਚ ਜਾ ਸਕਦੇ ਹੋ ਔਰ ਉਹਦੇ ਵਿੱਚ ਦੂਸਰਾ ਉਹਨਾਂ ਨੇ ਔਸਕੀ ਦੱਸਿਆ ਜਿਹੜਾ ਕਿ ਦੂਸਰੇ ਦੇਸ਼ਾਂ ਦੇ ਲਈ ਹੈ ਪਰ ਉਸ ਦੇ ਨਾਲ ਇਹਨਾਂ ਨੂੰ ਆਪਾਂ ਜ਼ਰੂਰ ਪੁੱਛਾਂਗੇ ਇੱਕ ਵਾਰ ਫੀਡ ਡਿਟੇਲ ਦੇ ਵਿੱਚ ਦੱਸਣ ਕਿ enclix ਹੈ ਕੀ ਹੈ enclix computerized examination ਤੁਸੀਂ online ਦੇਣਾ ਹੈਗਾ تیاری ਵੀ ਤੁਹਾਡੀ online classes ਨਾਲ ਹੀ ਹੋਏਗੀ ਤੁਸੀਂ ਇੰਡੀਆ ਚ ਬੈਠੇ ਕਿਸੇ ਵੀ ਕੰਟਰੀ ਦਾ ਚਾਹੇ ਕੈਨੇਡਾ ਦਾ ਹੋਵੇ ਆਸਟ੍ਰੇਲੀਆ ਦਾ ਯੂਕੇ ਨਿਊਜ਼ੀਲੈਂਡ ਤੁਸੀਂ enclix exam online ਦੇ ਸਕਦੇ ਹੋ ਤੇ ਜਿਹੜਾ ਹੈਗਾ enclix ਦਾ examination ਦੀ تیاری অলਮੋਸਟ 3 ਟੂ 4 ਮੰਥਸ ਵਿੱਚ ਹੋ ਜਾਂਦੀ ਹੈਗੀ ਕੰਪਲੀਟ ਉਸ ਤੋਂ ਬਾਅਦ ਜੇ ਤੁਸੀਂ ਆਸਟ੍ਰੇਲੀਆ ਆਣਾ ਚਾਹੁੰਦੇ ਹੋ ਤਾਂ ऑਸਕੀ ਦੀ ਤਿਆਰੀ ਵਿਦਿਨ 1 ਮੰਥ ਮੈਂ ਤੁਹਾਡੀ ਪੂਰੀ ਤਿਆਰੀ ਕਰਾ ਸਕਦੇ ਹੈਗੇ ਐਸਟੀਮੂਲੇਸ਼ਨ ਸੈਂਟਰ ਲਈ ਯੂ ਵਿਲ ਬੀ ਰੈਡੀ ਫॉर ਥੈਟ ਮੈਂ ਪਰ ਜਿਹੜਾ ਬੇਸਿਕ ਕ੍ਰਾਈਟਰੀਆ ਹੁੰਦਾ ਨਾ ਇੱਕ ਬੇਸਿਕ ਕੁਆਲੀਫਿਕੇਸ਼ਨ ਵੀ ਤਾਂ ਹੁੰਦੀ ਹੈ ਕਿਸੇ ਵੀ ਚੀਜ਼ ਦੀ ਹੁਣ ਇੱਥੇ ਇੱਕ ਸਟੂਡੈਂਟ ਹੈਗਾ ਕੋਈ ਵੀ ਉਹਨੇ 10th ਕੀਤੀ 10ਵੀਂ ਕੀਤੀ ਹੈ ਕਿਸੇ ਨੇ 12ਵੀਂ ਕੀਤੀ ਹੈ 12th ਕੀਤੀ ਹੈ ਕੋਈ ਗ੍ਰੈਜੂਏਟ ਹੈਗਾ ਕੀ ਬੇਸਿਕ ਕੁਆਲੀਫਿਕੇਸ਼ਨ ਹੈ ਕਿਸੇ ਤਰੀਕੇ ਦੀ ਕੀ ਉਹਦਾ ਕੋਈ ਹੋਰ ਕ੍ਰਾਈਟਰੀਆ ਵੀ ਹੈਗਾ ਕਿ ਕੋਈ ਬੈਂਕ ਬੈਲੈਂਸ ਜਿਵੇਂ ਖਾਸ ਕਰਕੇ ਹੁੰਦਾ ਕਿ ਐਨਾ ਖੋਣਾ ਚਾਹੀਦਾ ਤੁਹਾਡੇ ਕੋਲ ਬੈਕਅਪ ਦੇ ਵਿੱਚ ਜਾਂ ਫਿਰ ਤੁਹਾਡੇ ਕੋਈ ਸਪੈਸ਼ਲਾਈਜੇਸ਼ਨ ਹੋਣੀ ਚਾਹੀਦੀ ਹੈ ਜਾਂ ਤੁਸੀਂ ਇੱਥੇ ਪਹਿਲੇ ਵਾਰ ਕੋਈ ਇਸ ਤਰ੍ਹਾਂ ਦੇ ਕ੍ਰਾਈਟਰੀਆਸ ਹੈਗੇ ਕੀ ਬੇਸਿਕ ਕੀ ਚੀਜ਼ ਹੈਗੀ ਕਿ ਉਹ ਬੱਚੇ ਕਿਸ ਤਰੀਕੇ ਦੇ ਨਾਲ I think. ਬੇਸਿਕ ਕੁਆਲੀਫਿਕੇਸ਼ਨ ਤੁਹਾਡੀ ਸਿਰਫ ਜੀਐਨਐਮ ਚਾਹੀਦੀ ਹੈ ਕੋਈ ਬੈਂਕ ਬੈਲੈਂਸ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਤੁਸੀਂ ਐਨ ਕਲਿਕਸ ਕਲੀਅਰ ਕਰ ਜਾਂਦੇ ਹੋ ਯੂ ਵਿਲ ਬੀ ਸਪான்ਸਰਡ ਐਜ਼ ਅ ਰਜਿਸਟਰਡ ਨਰਸ ਕਿਉਂਕਿ ਤੁਸੀਂ ਰਜਿਸਟਰਡ ਨਰਸ ਓਵਰਸੀਸ ਚ ਬਣ ਜਾਓਗੇ ਉਹਨਾਂ ਨੇ ਤੁਹਾਡਾ ਬੈਂਕ ਬੈਲੈਂਸ ਨਹੀਂ ਦੇਖਣਾ ਉਹਨਾਂ ਨੇ ਤੁਹਾਡੀ ਸਿਰਫ ਕੁਆਲੀਫਿਕੇਸ਼ਨ ਦੇਖਣੀ ਹੈ ਐਨ ਕਲਿਕਸ ਪਾਸ ਕੀਤਾ ਔਸਕੀ ਪਾਸ ਕੀਤੀ ਆਇਲਸ ਕਲੀਅਰ ਕੀਤਾ ਇਹ ਸਾਰੀਆਂ ਚੀਜ਼ਾਂ ਕਲੀਅਰ ਕਰ ਲਓਗੇ ਤੁਸੀਂ ਦੈਨ ਇਟ ਵਿਲ ਬੀ ਗੁੱਡ ਫॉर ਯੂ ਐਂਡ ਦੈਟਸ ਇਟ ਦੇ ਆਰ ਨਾਟ ਗੋਇੰ ਟੂ ਸੀ ਐਨੀਥਿੰਗ ਐਲਸ ਬਟ ਤੁਹਾਨੂੰ ਇੱਥੋਂ ਇੰਡੀਆ ਤੋਂ ਜੀਐਨਐਮ ਜਾਂ ਬੀਐਸਸੀ ਨਰਸਿੰਗ ਕੀਤੀ ਉਨੀ ਬਹੁਤ ਜ਼ਰੂਰੀ ਹੈਗੀ ਹੈ ਜੇਨਮ ਬੇਸਿਕਲੀ ਜਿਹਨੂੰ ਜਨਰਲ ਨਰਸ ਉਹ ਮਿਡ ਮਿਡਫਰੀ ਹੁੰਦੀ ਹੈ ਐਂਡ ਜਿਹੜੀ ਦੂਸਰੀ ਤੁਸੀਂ ਕਹੀ ਹੈ ਬੈਚਲਰਸ ਆਫ ਸਾਇੰਸ ਇਨ ਨਰਸਿੰਗ ਬੀਐਸਸੀ ਨਰਸਿੰਗ ਹੈ ਬੀਐਸਸੀ ਨਰਸਿੰਗ ਕੀਤੀ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਜਿਹਨੂੰ ਆਪਾਂ ਕਹਿੰਦੇ ਆ ਨਰਸਿੰਗ ਬੀਐਸਸੀ ਨਰਸਿੰਗ ਤੁਹਾਡੇ ਕੀਤੀ ਹੋਈ ਹੋਣੀ ਚਾਹੀਦੀ ਹੈ ਜਾਂ ਮਿਡਫਰੀ ਦਾ ਜਿਹੜਾ ਤੁਹਾਡਾ ਇੱਕ ਪੂਰਾ ਦਾ ਪੂਰਾ ਇੱਕ ਕੋਰਸ ਹੁੰਦਾ ਹੈ ਜਾਂ ਉਹ ਇੱਕ ਪੜਾਈ ਹੈਗੀ ਹੈ ਉਹ ਜੇ ਕੰਪਲੀਟ ਕੀਤੀ ਹੈ ਤਾਂ ਤੁਸੀਂ ਬਿਲਕੁਲ ਐਲੀਜੀਬਲ ਹੋ ਐਸ ਪਾਰਟिकुलर ਟੈਸਟ ਨੂੰ ਪਾਸ ਕਰਨ ਲਈ ਉਸ ਦੇ ਨਾਲ ਹੀ ਹੋਰ ਕਈ ਚੀਜ਼ਾਂ ਇਹਦੇ ਵਿੱਚ ਬਹੁਤ ਇੰਟਰਸਟਿੰਗ ਹੁੰਦੀਆਂ ਮੈਡਮ ਕਈ ਤਰ੍ਹਾਂ ਦੇ ਪ੍ਰੋਸੀਜਰਸ ਨੇ ਜਿਹੜੇ ਕਿ ਬੱਚੇ ਚਾਹੁੰਦੇ ਕਿ ਸਾਨੂੰ ਡਿਟੇਲ ਚ ਪਤਾ ਲੱਗੇ ਕਿਉਂਕਿ ਤੁਸੀਂ ਤਾਂ ਆਸਟ੍ਰੇਲੀਆ ਤੋਂ ਆਏ ਹੋ ਤੁਹਾਨੂੰ ਤਾਂ ਸਭ ਕੁਝ ਪਤਾ ਹੈ ਪਰ ਇੱਥੇ ਤੁਹਾਨੂੰ ਪਤਾ ਹੈ ਕਿ ਚਾਹਵਾਨ ਤਾਂ ਬਹੁਤ ਨੇ ਔਰ ਉਹਨਾਂ ਕੋਲ ਮਿਹਨਤ ਦਾ ਵੀ ਤਕਾਜ਼ਾ ਹੈਗਾ ਪਰ ਪ੍ਰੋਬਲਮ ਹੈ ਹੈ ਕਿ ਪਿੰਡਾਂ 'ਚ ਬੈਠੇ ਨੇ ਕਈ ਕਈ ਸ਼ਹਿਰਾਂ 'ਚ ਬੈਠੇ ਨੇ ਕਈ ਇੱਥੇ ਛੋਟੇ ਸਿਟੀਜ਼ 'ਚ ਬੈਠੇ ਨੇ ਤੁਹਾਡੇ ਤਾਂ ਉੱਥੇ ਵੱਡੇ ਵੱਡੇ ਸਬਅਰਬਸ ਹੁੰਦੇ ਨੇ ਤੇ ਲੋਕਾਂ ਨੂੰ ਨੌਲੇਜ ਵੀ ਹੈਗੀ ਹੈ ਵੈਲ ਕਨੈਕਟਡ ਨੇ ਹੁਣ ਇੱਥੇ ਵੀ ਗ ਵੈਲ ਕਨੈਕਟਡ ਲੋਕ ਹੋ ਗਏ ਨੇ ਪਰ ਫਿਰ ਵੀ ਆਪਾਂ ਜੇ ਇਸ ਨੂੰ ਲੈ ਕੇ ਇੱਕ ਪ੍ਰੋਪਰ ਡਿਟੇਲਡ ਪ੍ਰੋਸੀਜਰ ਦੱਸ ਸਕੀ ਤਾਂ ਮੈਨੂੰ ਲੱਗਦਾ ਬੱਚਿਆਂ ਦੇ ਲਈ ਐਸਪੀਰੀਐਂਸ ਦੇ ਲਈ ਬੈਨੀਫੀਸ਼ੀਅਲ ਹੋਏਗਾ ਬੇਸਿਕਲੀ ਫਰਸਟ ਪ੍ਰੋਸੀਜਰ ਇਹ ਹੈਗਾ ਕਿ ਤੁਸੀਂ ਆਪਣੇ ਆਪ ਦੀ ਇੱਕ ਪ੍ਰੋਫਾਈਲ ਤਿਆਰ ਕਰੋਗੇ ਰਜਿਸਟ੍ਰੇਸ਼ਨ ਅਥਾਰਟੀਆਂ ਦੇ ਨਾਲ ਚਾਹੇ ਉਹ ਕੈਨੇਡਾ ਦੀ ਹੋਵੇ ਚਾਹੇ ਆਸਟ੍ਰੇਲੀਆ ਦੀ ਜਾਂ ਕਿਸੇ ਵੀ ਹੋਰ ਕੰਟਰੀ ਦੀ ਹੋਵੇ ਜਦ ਤੁਸੀਂ ਆਨਲਾਈਨ ਪ੍ਰੋਫਾਈਲ ਇੱਕ ਰਜਿਸਟ੍ਰੇਸ਼ਨ ਅਥਾਰਟੀ ਨਾਲ ਕ੍ਰੀਏਟ ਕਰੋਗੇ ਦੇ ਵਿਲ ਚਾਰਜ ਯੂ ਸਮ ਸੋਰਟ ਆਫ ਫੀਸ ਕਿਤੇ 120 ਲੱਖ ਦੀ ਡਾਲਰਸ ਕਿਤੇ 130 ਲੱਖ ਦੀ ਡਿਪੈਂਡ ਕਰਦਾ ਡਾਲਰ ਰੇਟ ਤੇ ਐਸ ਵੈਲ ਵਾਂਸ ਤੁਸੀਂ ਪ੍ਰੋਫਾਈਲ ਕ੍ਰੀਏਟ ਕਰ ਲੈਂਦੇ ਹੋ ਕਹਿ ਦਿੰਦੇ ਹੈਗੇ ਕਿ ਠੀਕ ਹੈ ਤੁਸੀਂ ਡਾਕੂਮੈਂਟ ਸਬਮਿਟ ਕਰਾਓ ਤੁਸੀਂ ਜਦ ਡਾਕੂਮੈਂਟ ਸਬਮਿਟ ਕਰਾ ਦਿੰਦੇ ਹੋ ਫਿਰ ਤੁਹਾਨੂੰ ਕਹਿੰਦੇ ਕਿ ਯੈਸ ਯੂ ਆਰ ਐਲੀਜੀਬਲ ਟੂ ਡੂ ਐਨਕਲਿਕਸ ਐਗਜ਼ਾਮ ਤੁਸੀਂ ਫਿਰ ਐਨਕਲੈਕਸ ਇਗਜ਼ਾਮ ਦੀ ਡੇਟ ਉਦੋਂ ਤੱਕ ਨਹੀਂ ਲੈਣੀ ਜਿੰਨੇ ਦੇਰ ਕਿ ਤੁਹਾਡੀ ਐਨਕਲੈਕਸ ਦੀ ਤਿਆਰੀ ਨਹੀਂ ਹੋ ਗਈ ਆ ਤੇ ਤੁਹਾਨੂੰ 4 ਤੋਂ 5 ਮੰਥਸ ਬਾਅਦ ਐਨਕਲੈਕਸ ਦੀ ਡੇਟ ਲੈਣੀ ਚਾਹੀਦੀ ਹੈ ਵਾਂਸ ਯੂ ਟੇਕ ਐਨਕਲੈਕਸ ਦੀ ਡੇਟ ਤੁਹਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਕਿ ਤੁਸੀਂ ਪੂਰੇ ਤਿਆਰ ਹੈਗੇ ਇਸ ਟੈਸਟ ਦੇ ਲਈ ਵਾਂਸ ਯੂ ਆ ਰੈਡੀ ਦੈਨ ਯੂ ਅਪਲਾਈ ਫਾਰ ਐਨਕਲੈਕਸ ਆਨਲਾਈਨ ਐਗਜ਼ਾਮੀਨੇਸ਼ਨ ਜਿਹਦੀ ਕੀ ਫੀਸ ਫੇਡ ਡਿਫਰੈਂਟ ਹੁੰਦੀ ਰਹਿੰਦੀ ਆ ਕਦੀ 450 ਕਦੀ 500 ਡਾਲਰ ਹੋ ਸਕਦੀ ਹੈ ਡਿਪੈਂਡ ਕਰਦਾ ਡਾਲਰ ਰੇਟ ਤੇ अगेन ਕਿ ਉਹ ਸਾਰਾ ਆਨਲਾਈਨ ਤੁਸੀਂ ਆਪਣੇ ਆਪ ਸਭ ਕੁਝ ਕਰਨਾ ਹੈਗਾ ਇਟਸ 올 ਲੀਗਲ ਡਾਕੂਮੈਂਟੇਸ਼ਨ ਯੂ ਡੋਨਟ ਨੀਡ ਟੂ ਬੀ ਗਿਵਿੰਗ ਐਨੀ ਮਨੀ ਟੂ ਐਨੀਬਾਡੀ ਫਾਰ ਥਿਸ ਹੋਲ ਪ੍ਰੋਸੈਸ ਯੂ ਕੈਨ ਡੂ ਇਟ ਯੂਰਸੈਲਫ ਜੇ ਤੁਹਾਨੂੰ ਹੈਲਪ ਚਾਹੀਦੀ ਆਈ ਕੈਨ ਡੂ ਇਟ ਫ੍ਰੀ ਆਫ ਕਾਸਟ ਫॉर ਯੂ ਬਟ ਤੁਸੀਂ ਸਿਰਫ 450 500 ਡਾਲਰ ਦੇ ਕੇ ਆਪਣੀ ਪ੍ਰੋਫਾਈਲ ਕ੍ਰੀਏਟ ਕਰਕੇ ਐਨਕਲਿਕਸ ਦੇ एग्जाम ਦੇ ਲਈ ਤੁਸੀਂ ਪੇਮੈਂਟ ਕਰ ਸਕਦੇ ਹੋ ਆਨਲਾਈਨ ਤੁਸੀਂ ਆਨਲਾਈਨ ਕਰ ਦੋਗੇ ਉਹਨਾਂ ਨੇ ਤੁਹਾਨੂੰ ਵਿਦਨ 1 ਮੰਥ ਟੂ 2 ਮੰਥਸ ਦੇ ਵਿੱਚ ਐਨਕਲਿਕਸ ਦੀ ਡੇ ਕਰਕੇ ਡੇਟ ਲੈਣ ਤੋਂ ਪਹਿਲਾਂ ਮੇਕ ਸ਼ੂ ਯੂ ਆਰ ਰੈਡੀ ਫॉर ਐਨਕਲੈਕਸ ਐਗਜ਼ਾਮ ਕਿਉਂਕਿ ਜਦ ਡੇਟ ਆ ਗਈ ਤੁਸੀਂ ਫਿਰ ਕੈਨਸਲ ਕਰਕੇ ਦੁਬਾਰਾ ਕਰੋਗੇ ਦੇ ਕੈਨ ਬੀ ਅ ਪ੍ਰੋਬਲਮ ਉਹ ਕਹਿਣਗੇ ਕਿ ਕਿਉਂ ਨਹੀਂ ਟੈਸਟ ਦੇ ਰਹੇ ਤੁਸੀਂ ਤੇ ਕੋਸ਼ਿਸ਼ ਇਹੀ ਕਰਨੀ ਹੈ ਕਿ ਐਨਕਲੈਕਸ ਦੇ ਤਿਆਰੀ ਹੋਵੇ ਫਿਰ ਤੁਸੀਂ ਡੇਟ ਲੈ ਸਕਦੇ ਹੋ ਵਾਂਸ ਯੂ ਗੇਟ ði ਡੇਟ ਯੂ ਹੈਵ ਟੂ ਸਿਟ ਇਨ ði ਆਨਲਾਈਨ ਐਗਜ਼ਾਮ ਇਹ ਸਾਰਾ ਕੰਪਿਊਟਰਾਈਜ਼ਡ ਐਗਜ਼ਾਮ ਹੁੰਦਾ ਹੈ ਮਲਟੀਪਲ ਚੁਆਇਸ ਕੁਐਸਚਨਸ ਹੁੰਦੇ ਆ ਸਿਨੈਰੀਓਜ਼ ਹੁੰਦੇ ਨੇ ਨੈਕਸਟ ਜਨਰੇਸ਼ਨ ਦੇ ਕੁਐਸਚਨਸ ਹੁੰਦੇ ਜਿਹੜੇ ਥਾਤ ਤੋਂ ਪੁੱਛੇ ਜਾਣਗੇ ਤੇ ਤੁਸੀਂ ਫਿਰ ਉਸ ਦੀ that is where i stand my role in that i get you prepared for enclix exam ki kis tarike na best choice of answer tusi de sakde hagea te e procedure hagea ya is to baad once you clear enclix je tusi canada jana te jehdi vi state de vich jana ohde different different rules ne oh tusi step by step apne usse oh, registration authority to check kar sakde ho lekin je tusi australia ana hagea then enclix di clearance letter jatha nu a jandi oh keh dinde hai ki tusi aus ke liye ready ho hun te jad tusi aus ke liye tusi date laoge ਤੁਸੀਂ ਮੇਕ ਸ਼ੋਰ ਕਰੋ ਕਿ ਵਿਜ਼ਟਰ ਵੀਜ਼ਾ ਅਪਲਾਈ ਕਰੋਗੇ ਵਿਜ਼ਟਰ ਵੀਜ਼ਾ ਤੁਹਾਨੂੰ ਮਿਲਦਾ 3 ਮਹੀਨਿਆਂ ਦਾ ਤੁਸੀਂ 1 ਮਹੀਨਾ 1.5 ਮਹੀਨਾ ਪਹਿਲਾਂ ਆਓ ਮੈਂ ਤੁਹਾਡੀ ਆਸਕੀ ਦੀ ਪੂਰੀ ਤਿਆਰੀ ਵਿਦਨ 30 ਡੇਸ ਕਰਾ ਕੇ ਯੂ ਵਿਲ ਬੀ ਰੈਡੀ ਫॉर ਆਸਕੀ ਐਗਜ਼ਾਮ ਆਸਕੀ ਐਗਜ਼ਾਮ ਹੁਣ ਆਸਟ੍ਰੇਲੀਆ ਦੇ ਵਿੱਚ ਦੋ ਸਿਟੀਜ਼ ਵਿੱਚ ਹੋ ਰਿਹਾ ਮੈਲਬਨ ਤੇ ਐਡਲਿਡ ਦੇ ਵਿੱਚ ਸਿਮੂਲੇਸ਼ਨ ਸੈਂਟਰਸ ਨੇ ਤੁਸੀਂ ਉੱਥੇ ਜਾ ਕੇ ਆਪਣੇ ਐਗਜ਼ਾਮਸ ਦੇ ਸਕਦੇ ਹੋ ਤੇ ਇਸ ਚੀਜ਼ ਦਾ ਇੰਨੀ ਗਰੰਟੀ ਜ਼ਰੂਰ ਹੈਗੀ ਆ ਕਿ ਕੋਈ ਵੀ ਇਹਦੇ ਵਿੱਚ ਹਿਡਨ ਕੋਸਟ ਨਹੀਂ ਹੈਗੀ ਆ ਤੁਸੀਂ ਸਭ ਕੁਝ ਆਨਲਾਈਨ ਫੀਸਿਸ ਭਰਨੀ ਆ ਗਵਰਨਮੈਂਟ ਨੂੰ ਭਰਨੀ ਆ ਇੱਕ ਰਜਿਸਟ੍ਰੇਸ਼ਨ ਅਥਾਰਟੀ ਨੂੰ ਭਰਨੀ ਆ ਜੀ ਮੈਮ ਇਹਨਾਂ ਸਾਰੇ ਇਗਜ਼ਾਮਸ ਦੇ ਬਾਅਦ ਜਿਹੜਾ ਹੈ ਉੱਥੇ ਨੌਕਰੀ ਦਾ ਕੋਈ ਮਤਲਬ ਪੱਕਾ ਹੋ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਔਰ ਦੂਸਰੀ ਗੱਲ ਇਹ ਹੈਗੀਏ ਕਿ ਤੁਸੀਂ ਉਹਨਾਂ ਦੀ ਐਗਜ਼ਾਮ ਚ ਹੀ ਹੈਲਪ ਕਰਦੇ ਹੋ ਕਿ ਅੱਗੇ ਵੀ ਗਾਈਡ ਕਰੋਗੇ ਜਿੱਦਾਂ ਐਗਜ਼ਾਮ ਤਾਂ ਹੋ ਗਿਆ ਹੁਣ ਉੱਥੇ ਐਗਜ਼ਾਮ ਦੇ ਬਾਅਦ ਡੈਫੀਨਿਟਲੀ ਕਿਉਂਕਿ ਅੱਜਕੱਲ ਜਦੋਂ ਐਨਾ ਐਗਜ਼ਾਮ ਪਾਰ ਕਰਕੇ ਕੋਈ ਵੀ ਐਸਪੀਰੈਂਟ ਚਲੇ ਜਾਏਗਾ ਤੋ ਐਨਾ ਕ ਤਾਂ ਲੈਵਲਡ ਹੋ ਜਾਏਗਾ ਕਿ ਉਹ ਆਪਣੇ ਆਪ ਆਪਣੀ ਜੌਬ ਦੀ ਜਿਹੜੀ ਹੈਗੀ ਸਰਚ ਕਰ ਸਕੇ ਜਾਂ ਉਹਨੂੰ ਤਰੀਕੇ ਤੌਰ ਪਤਾ ਲੱਗ ਜਾਣਗੇ ਪਰ ਫਿਰ ਵੀ ਉਹਦੇ باوجود ਵੀ ਕਿਉਂਕਿ ਦੂਸਰਾ ਦੇਸ਼ ਹੈ ਹੈਲਪ ਦੀ ਲੋੜ ਹੁੰਦੀ ਹੀ ਹੈ ਹਰ ਤਰੀਕੇ ਦੀ ਤੁਸੀਂ ਸਿਰਫ ਇਸ ਚੀਜ਼ ਦੀ ਗਾਈਡੈਂਸ ਹੀ ਪ੍ਰੋਵਾਈਡ ਕਰ ਰਹੇ ਹੋ ਜਾਂ ਉਹਦੇ ਬਾਅਦ ਐਗਜ਼ਾਮ ਦੇ ਬਾਅਦ ਵੀ ਕੋਈ ਕਿਸੇ ਕਿਦਾ ਤੁਹਾਡੀ ਉਂਗਲੀ ਤੁਹਾਡਾ ਹੱਥ ਫਟ ਸਕਦਾ ਕੋਈ ਹਾਂਜੀ ਮੈਂ ਤੁਹਾਨੂੰ ਦੱਸੂਗੀ ਕਿ ਆਸਟ੍ਰੇਲੀਆ ਜਿਹੜਾ ਮੇਰਾ ਬੈਕ ਸਕਸੈਸਫੁਲ ਹੋਇਆ ਐ ਐਨਕਲੈਕਸ ਤੇ ਆਸਕੀ ਦੇ ਨਾਲ ਉਹ ਬੱਚੀਆਂ ਮੇਰੇ ਕੋਲ ਹੀ ਕੰਮ ਕਰ ਰਹੀਆਂ ਮੈਂ ਜਨਰਲ ਮੈਨੇਜਰ ਆਪਰੇਸ਼ਨਸ ਹੈਗੀ ਹਾਂ ਬੋਲਟਨ ਕਲਰਕ ਆਰਗੇਨਾਈਜੇਸ਼ਨ ਵਿੱਚ ਥਿਸ ਇਜ਼ ਦਾ ਲਾਰਜੈਸਟ ਐਚਕਿਊ ਪ੍ਰੋਵਾਈਡਰ ਇਨ ਆਸਟ੍ਰੇਲੀਆ ਤੇ ਮੈਂ ਰਜਿਸਟਰਡ ਨਰਸਿਸ ਨੂੰ ਜੌਬ ਵੀ ਦਿੰਦੀ ਆ ਮੇਰੇ ਕੋਲ ਹਰ ਤਰੀਕੇ ਦੀਆਂ ਜੌਬਸ ਨੇ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਵੀ ਆਣੇ ਹੋ ਤੁਸੀਂ ਐਨਕਲੈਕਸ ਦੀ ਤਿਆਰੀ ਲੈ ਆਣੇ ਹੋ ਚਾਹੇ ਤੁਸੀਂ ਕੈਨੇਡਾ ਆਸਟ੍ਰੇਲੀਆ ਹੈਗੇ ਆ ਮੇਰੇ ਕੋਲ ਡਿਫਰੈਂਟ ਟਾਈਪਸ ਦੀਆਂ ਸੈਵਨ किचन करो चाहे केयर स्टाफ की करो चाहे आर एन की करो चाहे क्लिनिकल मैनेजर की मेरे अंडर सैवन रोल्स ने जो कि मैंगनाइजेशन लगवां एटी एट होम्स ने टोटल ऑल ओवर ऑस्ट्रेलिया बोल्टन क्लाक दे यू कैन सर्च इट ऑनलाइन एंड यू कैन सर्च माई नेम इन टू द बोलटन कलाक ऑर्गनाइजेशन एंड दैट्स वेर आई एम ऑपरेशन मैनेजर ऑपरेशन रोल देर आई कैन डेफिनेटली सपोर्ट यू ऑल मैं कभी हाथ छूंगी नहीं है ਜੌਬ ਤੇ ਕਰੀ ਲੈ ਕੇ ਜਾਊਂਗੀ ਬਿਕੋਜ਼ ਆਈਵ ਬੀਨ ਵਰਕਿੰਗ ਇਨ ਅ ਵੈਰੀ ਬਿਗ ਆਰਗੇਨਾਈਜੇਸ਼ਨ ਐਂਡ ਆਮ ਰੀਲੀ ਪ੍ਰਾਊਡ ਕਿ ਆਮ ਏਬਲ ਟੂ ਹੈਲਪ ਦ ਨਰਸਸ ਹੂ ਆਰ ਇਨ ਨੀਡ ਇੱਕ ਬਹੁਤ ਹੋਰ ਇੰਟਰਸਟਿੰਗ ਦਿਮਾਗਵਿਚ ਗੱਲ ਆਂਦੀ ਹੈ ਕਿਉਂਕਿ ਅਸੀਂ ਜੋ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ ਨਾ ਜੀ ਸਾਡੇ ਇੱਥੇ ਤਾਂ ਆਮੂਮ ਤੌਰ 'ਤੇ ਅਸੀਂ ਦੇਖਿਆ ਕਿ ਫੀਮੇਲਸ ਹੀ ਨੇ ਜਿਹੜੀਆਂ ਉਹ ਨਰਸਿਸ ਹੁੰਦੀਆਂ ਨੇ ਪਰ ਬਾਹਰਲੇ ਦੇਸ਼ਾਂ ਦੇ ਵਿੱਚ ਟ੍ਰੈਂਡ ਹੈਗਾ ਕਿ ਮੇਲ ਨਰਸ ਵੀ ਹੁੰਦੇ ਨੇ ਉੱਥੇ ਇੱਕ ਐ ਫੈਸ਼ਨ ਕਹਿ ਲੋ ਟ੍ਰੈਂਡ ਕਹਿ ਲੋ ਜਾਂ ਇੱਕ ਪ੍ਰੋਸੀਜਰ ਹੈਗਾ ਦੇ ਇਵਨ ਮੇਲ ਇਵਨ ਬॉयਜ਼ ਦੇ ਡੋਂਟ ਹੈਜ਼ਿਟੇਟ ਕਿ ਅਸੀਂ ਨਰਸ ਲੱਗਾਂਗੇ ਅਸੀਂ ਪਰ ਇੱਥੇ ਤਾਂ ਨਰਸ ਲੱਗਣਾ ਇੱਕ ਹੁੰਦਾ ਵੀ ਨਰਸਿੰਗ ਦਾ ਮਤਲਬ ਹੈ ਕਿ ਕੁੜੀਆਂ ਹੀ ਜ਼ਿਆਦਾਤਰ ਫੀਮੇਲਸ ਡੋਮਿਨੇਟਿਡ ਇੱਕ ਤਰ੍ਹਾਂ ਸੈਕਸ਼ਨ ਹੈਗਾ ਹਾਂਜੀ ਕੀ ਇਹਦਾ ਵੀ ਕੋਈ ਪ੍ਰੋਵੀਜ਼ਨ ਹੈ ਕਿ ਬੁਆਏਜ਼ ਕਿਸ ਤਰੀਕੇ ਦੇ ਨਾਲ ਅਪਰੋਚ ਕਰਨ ਜਾਂ ਉਹਨਾਂ ਦੀ ਹੈਸੀਟੇਸ਼ਨ ਖਾਸ ਕਰਕੇ ਇੰਡੀਆ ਦੇ ਜਿਹੜੇ ਹੈਗੇ ਨੇ ਕਿਉਂਕਿ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਹੈਗੀ ਹੈ ਤੇ ਕੋਈ ਅੱਛਾ ਜੇ ਉਹਨਾਂ ਨੂੰ ਸਕੋਪ ਮਿਲ ਸਕਦਾ ਹੈ ਚਾਹੇ ਉਹਨਾਂ ਦੀ ਅਰਨਿੰਗ ਨੂੰ ਲੈ ਕੇ ਹੈ ਲਾਈਵਲੀਹੂਡ ਨੂੰ ਲੈ ਕੇ ਜਾਂ ਬ੍ਰਾਡ ਜਾਣ ਦਾ ਇੱਕ ਉਹਨਾਂ ਦਾ ਸੁਪਨਾ ਪੂਰਾ ਹੋ ਸਕਦਾ ਹੈ ਤੇ ਉਹਨਾਂ ਨੂੰ ਤੁਸੀਂ ਕਿਵੇਂ ਐਨਕੋਰੇਜ ਕਰੋਗੇ ਫੀਮੇਲਸ ਨੂੰ ਤਾਂ ਪਤਾ ਲੱਗ ਗਿਆ ਅਸੀਂ ਮੁੰਡਿਆਂ ਨੂੰ ਕਿਵੇਂ ਦਸੀਏ ਮੁੰਡਿਆਂ ਨੂੰ ਵੀ ਦੱਸਣ ਦੀ ਇਸੇ ਤਰੀਕੇ ਨਾਲ ਲੋੜ ਆ ਕਿ ਅ ਨਰਸ ਇਜ਼ ਅ ਨਰਸ ਰਿਗਾਰਡਲੈਸ ਇਟਸ ਅ ਬாய் অর ਅ ਗਰਲ ਬਾਬਾ ਫਰੀਦ ਯੂਨੀਵਰਸਿਟੀ ਤੋਂ ਤੇ ਨਾਲੇ ਥੇ ਮੁਹਾਲੀ ਵਿੱਚ ਬॉयਜ਼ ਨਰਸਿੰਗ ਸਕੂਲ ਹੈ ਗਿਆ ਉੱਥੋਂ ਮੈਨੂੰ ਆਲਰੇਡੀ 5 ਇਨਕੁਆਰੀਜ਼ ਬॉयਜ਼ ਦੇ ਆ ਹੀ ਆ ਚੁੱਕੀਆਂ ਨੇ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਅ ਨਰਸ ਇਜ਼ ਅ ਨਰਸ ਯੂ ਆਲ ਯੂ ਨੀਡ ਇਜ਼ ਪੈਸ਼ਨ ਇਨ ਯੂ ਟੂ ਕੇਅਰ ਫॉर द ਰੈਜ਼ੀਡੈਂਸ অর ਪੇਸ਼IENTS ਜੇ ਤੁਹਾਡੇ ਚ ਪੈਸ਼ਨ ਹੈਗਾ ਤੇ ਮੁੰਡੇ ਕੁੜੀ ਚ ਕੋਈ ਫਰਕ ਨਹੀਂ ਹੈਗਾ आई एम Glad कि नर्सिस ਕੁੜੀਆਂ ਵੀ ਨੇ ਤੇ ਮੁੰਡੇ ਵੀ ਨੇ ਅੱਜ ਕੱਲ ਦੇ ਜ਼ਮਾਨੇ ਵਿੱਚ ਕਿਉਂਕਿ ਜੇ ਤੁਹਾਡੇ ਚ ਕੇਅਰਿੰਗ ਫੈਕਟਰ ਰਹੇਗਾ ਯੂ ਵਿਲ ਬੀ ਅ ਸਕਸੈਸਫੁਲ ਨਰਸ ਇਨ ਆਸਟ੍ਰੇਲੀਆ ਚ ਵੀ ਡਸਨਟ ਮੈਟਰ ਬॉय অর ਗਰਲ ਮੇਰੇ ਨਾਲ ਚਾਰ ਨਰਸਿਸ ਨੇ ਜਿਹੜੇ ਮੇਲ ਨਰਸਿਸ ਕੰਮ ਕਰਦੇ ਸੀ ਆਈਸੀਯੂ ਚ ਤੇ ਕਦੀ ਕਦੀ ਤਾਂ ਮੈਂ ਇਕੱਲੀ ਹੁੰਦੀ ਸੀਗੀ ਕੰਮ ਕਰਨ ਲਈ ਬਟ ਮੈਂ ਕਹਿ ਸਕਦੀ ਆ ਕਿ ਜੇ ਤੁਹਾਡੇ ਚ ਪੈਸ਼ਨ ਹੈਗਾ ਕੇਅਰ ਕਰਨ ਦੀ ਤੁਹਾਡੇ ਚ ਪਾਵਰ ਤੇ ਸ਼ਕਤੀ ਹੈਗੀ ਆ ਤੇ ਤੁਸੀਂ ਬॉयਜ਼ ਤੇ ਗਰਲ ਚ ਕੋਈ ਫਰਕ ਨਹੀਂ ਹੈਗਾ ਐਂਡ ਆਮਸਟ ਸੇ ਬॉयਜ਼ ਜ਼ਿਆਦਾ ਵਧੀਆ ਕੰਮ ਕਰ ਲੈਂਦੇ ਆ ਵੈਨ ਇਟ ਕਮਸ to a very heavy lifting of the workload they can do manage sometimes better than girls and they work together as a team kyunki when there's a team of a boy and a girl i think they can achieve extraordinary results yeah jitna yeah. tak mam gall hai tusi sari sari procedure ta das ta tusi evi das ta ki koi hesitation nahi hai ja sakte hai apna kaam kar sakte hai par overall matlab ਕਿੰਨਾ ਕੁ ਖਰਚਾ ਆਇਆ ਕਿਸ ਤਰੀਕੇ ਦਾ ਮਤਲਬ ਹੁੰਦਾ ਕਿਉਂਕਿ ਇਕਨੋਮਿਕਲ ਥੋੜਾ ਜਾ ਲੋਕਾਂ ਨੂੰ ਰਹਿੰਦਾ ਹੈ ਕਿ ਅਸੀਂ ਉੱਥੇ ਜਾਵਾਂਗੇ ਸਾਨੂੰ ਕਿੰਨਾ ਕੁ ਸਾਡਾ ਐਕਸਪੈਂਡਿਚਰ ਜਾਂ ਸਾਨੂੰ ਇਨਵੈਸਟਮੈਂਟ ਕਿੰਨੀ ਕਰਨੀ ਪੈਗੀ ਔਰ ਕੀ ਉਹਦੇ ਸਕੋਪਸ ਕਿੰਨੇ-ਕਿੰਨੇ ਨੇ ਅੱਛਾ ਫਿਰ ਇੱਥੋਂ ਦੀ ਨਰਸਿੰਗ ਜਿਹੜੇ ਇੱਥੇ ਪਚਾਏ ਪ੍ਰਾਈਵੇਟ ਮੈਡੀਕਲ ਇੰਸਟੀਟਿਊਟਸ ਨੇ ਹਸਪੀਟਲਸ ਨੇ ਕਲੀਨिकल ਜਿਹੜੇ ਇੱਥੇ ਇੰਸਟੀਟਿਊਟਸ ਨੇ ਜਾਂ ਫਿਰ ਇੱਥੇ ਗਵਰਨਮੈਂਟ ਜਿੰਨਾ ਵੀ ਸੈਕਟਰ ਹੈਗਾ ਪਬਲਿਕ ਐਂਡ ਗਵਰਨਮੈਂਟ ਦੋਨੋਂ ਉਹਨਾਂ ਦੇ ਵਿੱਚ ਜਿਹੜਾ ਕੰਮ ਕਾਜ ਦੇ ਜੋ ਤੌਰ ਤਰੀਕੇ ਨੇ ਉਸ ਤੋਂ ਕਿੰਨਾ ਕੁ ਉੱਥੇ ਵੱਖ ਹੈਗਾ ਕੁਝ ਉਹ ਪਲੱਸ ਹੈਗਾ ਮਾਈਨਸ ਹੈਗਾ ਜਿਆਦਾ ਬੈਨੀਫਿਟਸ ਨਹੀਂ ਨਰਸ ਨਰਸਿੰਗ ਕਰਕੇ ਨਰਸ ਬਣ ਕੇ ਜਾਂ ਉਸ ਪਾਰਟਿਕੂਲਰ ਸੈਕਟਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਦਾਂ ਕਿਦਾਂ ਦੇ ਬੈਨੀਫਿਟਸ ਜਿਹੜੇ ਨੇ ਉੱਥੇ ਮਿਲਣਗੇ ਜਦ ਤੱਕ ਕਿ ਲੋਕ ਇਨਕਰੀਜ ਹੋਣ ਦੇਖੋ ਨਰਸਿੰਗ ਡੈਫੀਨਿਟਲੀ ਪੇ ਰੇਟ ਦਾ ਬਹੁਤ ਫਰਕ ਹੈਗਾ ਇੰਡੀਆ ਨਾਲੋਂ ਡਿਫਰੈਂਟ ਕੰਟਰੀਜ਼ ਵਿੱਚ ਜੇ ਤੁਸੀਂ ਇੰਡੀਆ ਚ ਹਾਈ ਰੈਂਕਸ ਤੇ ਹੈਗੇ ਆ ਡੈਫੀਨਿਟਲੀ ਪੇ ਰੇਟ ਅੱਛਾ ਆ ਜੇ ਤੁਸੀਂ ਇੰਡੀਆ ਚ ਰਹਿਣਾ ਚਾਹੁੰਦੇ ਹੋ ਆਈ ਅਮ ਸੇ ਮੇਰੀਆਂ ਫਰੈਂਡਸ ਵੀ ਜਿਹੜੇ ਚ ਕੰਮ ਕਰਦੀਆਂ ਐ ਡੀ ਐਮਸੀ ਚ ਕੰਮ ਕਰਦੀਆਂ ਉਹਨਾਂ ਨੂੰ ਐ ਛੇ ਪੇ ਰੇਟ ਹੈਗੇ ਆ ਫੈਸਿਲਿਟੀਆਂ ਵਾਈਸ ਨਰਸਸ ਨੂੰ ਬਾਰਲੀ ਕੰਟਰੀਜ਼ ਜੌਬ ਸਿਕਿਉਰਿਟੀ ਬਹੁਤ ਵੱਡੀ ਚੀਜ਼ ਹੈਗੀ ਆ ਕਿ ਤੁਹਾਡੀ ਜੌਬ ਸਿਕਿਉਰ ਆ ਤੁਹਾਨੂੰ ਐਨਿਊਅਲ ਲੀਵ ਸਿਕਲੀ ਬੈਲੈਂਸਸ ਬਹੁਤ ਅੱਛੇ ਤਰੀਕੇ ਨਾਲ ਮਿਲਦੇ ਆ ਰਿਗਾਰਡਲੈ ਕਲ ਸੁਪਰ ਐਨੂਵੇਸ਼ਨ ਫੰਡ ਜਿਹੜਾ ਹੈਗਾ ਤੁਹਾਡਾ 11.25% ਇਕੱਠਾ ਹੁੰਦਾ ਆ ਦਲੇ ਇਟਸ ਅ ਵੈਰੀ ਬਿਗ ਡੀਲ ਬਾਏ ਦ ਟਾਈਮ ਯੂ ਰਿਟਾਇਰ ਯੂ ਆਰ ਐਕਿਊਮੂਲੇਟਿੰਗ ਅ ਲੋਟ ਆਫ ਮਨੀ ਇਨ ਯੋਰ ਬੈਂਕ ਕਿ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਅੱਛਾ ਲਾਈਫਸਟਾਈਲ ਫੇਰ ਵੀ ਜੀ ਸਕਦੇ ਹੋ ਉੱਥੇ ਤੇ ਰਹੀ ਗੱਲ ਵਰਕ এনਵਾਇਰਨਮੈਂਟ ਯੈਸ ਐਸ ਟਾਈਮ ਤੇ ਇੱਥੇ ਇੰਡੀਆ ਦੇ ਵਿੱਚ ਕੋਈ ਨਰਸ ਪੇਸ਼ੈਂਟ ਰੇਸ਼ੀਓਜ਼ ਨਹੀਂ ਹੈਗੀਆਂ ਵਿਚ ਇਜ਼ ਅ ਵੈਰੀ ਬਿਗ ਥਿੰਗ ਆਮ ਅ ਸੇ ਕਿ ਆਸਟ੍ਰੇਲੀਆ ਤੇ ਬਾਕੀ ਕੰਟਰੀਜ਼ ਹੈਗੀਆਂ ਥੇਅਰ ਇਜ਼ ਨਰਸ ਪੇਸ਼ੈਂਟ ਰੇਸ਼ੀਓ ਇਨ ਅ ਜਨਰਲ ਵਾਰਡ to um uh four patients and icu 1 is to 1 whereas in india it the ratios nahi hai ya ne te health care system is really good opportunity for the nurses there uh, ma'am tusi e, ta eta gentleman yeah, jehde tusi bsc wali gal kiti hai oh ta ek particular uh, uh, matlab ki category de ਲੋਗਾ ਦੀ ਹੋ ਸਕਦਾ ਆਦਰਵਾਇਸ ਜੇ ਤੁਸੀਂ ਕਲੀਨਿਕਲ ਜਾਂ ਕਿਚਨ ਸਟਾਫ ਯਾ ਉਹਦੀ ਕੀਤੀ ਹੈ ਉਹਨਾਂ ਦੇ ਤਾਂ ਡੈਫੀਨਿਟਲੀ ਕੁਆਲਿਫੀਕੇਸ਼ਨ ਯਾ ਕ੍ਰਾਈਟੇਰੀਆ ਥੋੜਾ ਜਿਹਾ ਸ਼ਾਇਦ ਵੱਖ ਹੋਏਗਾ ਇੱਕ ਤਾਂ ਉਹ ਗੱਲ ਹੈਗੀ ਹੈ ਦੂਸਰਾ ਜੇ ਏਜ ਤੱਕ ਕੀ ਹੈਗਾ ਏਜ ਦੀ ਕੋ ਰਿਲੈਕਸੇਸ਼ਨ ਹੈਗੀ ਹੈ ਬਾਈ ਦੇ ਵੀ ਕਿਸੇ ਦੇ ਅਜਮਾਨ ਚ ਆਇਆ ਮੇਰੇ ਮਨ ਚ ਆਇਆ ਵੀ ਮੈਂ ਚਲੋ ਆ ਮੇ ਬੀ ਆਈ ਕ੍ਰੋਸ दैट ਪਾਰਟिकुलर ਏਜ ਪਰ ਜਿਹੜਾ ਕੋਈ 20 25 ਚ ਯਾ 20 ਯਾ 18 ਜੇ ਕੋਈ ਦੀ ਬ੍ਰੈਕਟ ਲਾਈਨ ਹੈਗੀ ਹੈ ਜੋ ਉਹਦੇ ਵਿੱਚ ਉਹ ਸਲਿੱਪ ਕਰ ਗਿਆ ਔਰ ਉਹਨੂੰ 5-7 ਸਾਲਾਂ ਦੇ ਬਾਅਦ ਮਨ ਵਿੱਚ ਆਇਆ ਕਿ ਮੈਂ ਜਾਵਾਂ ਔਰ ਮੈਂ ਕੁਝ ਕਰਾਂ ਕਿ ਕੋਈ ਐਸੇ ਪ੍ਰੋਫੀਸ਼ੈਂਸੀ ਹੈਗੇ ਕਿ ਗੈਪਸ ਦੇ ਨਾਲ ਬੰਦਾ ਜਾ ਸਕਦਾ ਹੈ हां जी डेफिनेटली मेरे एस्ट टाइम करंट बैच ਦੇ ਵਿੱਚ ਕੁਝ ਲੜਕੀਆਂ ਨੇ ਜਿਹੜੀਆਂ 35 ਪਲੱਸ ਹੋ ਚੁੱਕੀਆਂ ਜਦ ਤੁਸੀਂ 35 ਪਲੱਸ ਹੁੰਦੇ ਥਾਰੇ ਪੁਆਇੰਟਸ نیچے ਜ਼ਰੂਰ ਚਲੇ ਜਾਂਦੇ ਆ ਲੇਕਿਨ ਜੇ ਤੁਹਾਡਾ ਐਕਸਪੀਰੀਅੰਸ ਅੱਛਾ ਆ ਤੇ ਇਫ ਯੂ ਗਾਟ ਅ ਗੁੱਡ ਐਕਸਪੀਰੀਅੰਸ ਆਵਰਸ ਆਫ ਐਕਸਪੀਰੀਅੰਸ ਅੱਛਾ ਹੈ ਯੂ ਕੈਨ ਸਟਿਲ ਪੁੱਟ ਯੂਰ ਅਪਲੀਕੇਸ਼ਨ ਇਨ ਐਂਡ ਯੂ ਆਰ ਸਟਿਲ ਐਲੀਜੀਬਲ ਟੂ ਅਪਲਾਈ ਫਾਰ ਇਟ देयर इज नो ਰਿਸਟ੍ਰਿਕਸ਼ਨ ਐਨਾ ਜ਼ਰੂਰ ਹੈਗਾ ਕਿ ਤੁਹਾਡੇ ਪੁਆਇੰਟਸ ਨੀਚੇ ਜਾਂਦੇ ਯੂ ਹੈਵ ਟੂ ਕਵਰ ਅਪ ਦ ਪੁਆਇੰੰਟਸ ਟੂ ਬੀ ਐਲੀਜੀਬਲ ਟੂ ਬੀ ਅਪਲਾਈਂਗ ਫਾਰ ਪੀਆਰ ਸੇਛੇ 10 ਦਿਨਗੇ ਤਾਂ ਕਿ ਤੁਸੀਂ ਆਪਣਾ ਟਾਈਮ ਵੇਸਟ ਨਾ ਕਰੋ ਉਹ ਤੁਹਾਨੂੰ ਦੱਸਣਗੇ ਡੈਫੀਨਿਟਲੀ ਕੁਝ ਖਾਸ ਤੁਹਾਨੂੰ ਲੱਗਦਾ ਹੈ ਕੋਈ ਪੁਆਇੰਟ ਜਿਹੜਾ ਰਹਿ ਗਿਆ ਹੈ ਜਾਂ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਬਾਰੇ ਆਪਣੇ ਜਿਹੜੇ ਤੁਸੀਂ ਗਾਈਡੈਂਸ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਹੋ ਜਿਸ ਤਰੀਕੇ ਦੇ ਤੁਸੀਂ ਇੰਸਟੀਚੂਨਲ ਹੈਲਪ ਦੇ ਰਹੇ ਹੋ ਲੋਕਾਂ ਨੂੰ ਜਾਂ ਉਹਦੇ ਬਾਰੇ ਕੋਈ ਆਪਣਾ ਤੁਸੀਂ ਰੱਖਣਾ ਚਾਹੋ ਵਿਚਾਰ ਰੱਖਣਾ ਚਾਹੋ ਜਾਂ ਕੋਈ ਵੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ मैसेज बस मैं इन्ना देना चाहती हैगी इट्स ऑल ऑनलाइन एक रजिस्टर्ड लिंक हैगा जोड़ा गवर्नमेंट का है तुम थ्रू ही अप्लाई करना हैगा और थ्रू ही पेमेंट्स देने ਹਾਂਜੀ ਹਾਂਜੀ ਡੈਫੀਨਿਟਲੀ ਇਹ ਫਰਦੀ ਰਜਿਸਟ੍ਰੇਸ਼ਨ ਹੈਗੀ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਡਿਫਰੈਂਟ ਲਿੰਕਸ ਨੇ ਤੇ ਤੁਸੀਂ ਜੇ ਰਜਿਸਟ੍ਰੇਸ਼ਨ ਫਾਰਮ ਮੇਰੇ ਉਹ ਤੋਂ 바ਰ ਕੋਡ ਤੋਂ ਪਰ ਲੋ ਤੇ ਯੂ ਵਿਲ ਬੀ ਏਬਲ ਟੂ ਸੀ ਦ ਲਿੰਕਸ ਆਫ ਦ ਡਿਫਰੈਂਟ ਡਿਫਰੈਂਟ ਲਿੰਕਸ ਦੇ ਨਾਲ ਤਾਂ ਤੁਸੀਂ ਕਿਸੇ ਨੂੰ ਵੀ ਪੇਮੈਂਟ ਨਹੀਂ ਕਰਨੀ ਸਿਵਾਏ ਲਿੰਕ ਉਹਦੇ ਐਂਡ ਥੀਸ ਆਲ ਗਵਰਨਮੈਂਟ ਆਰਗੇਨਾਈਜੇਸ਼ਨਸ ਜਿਸ ਤੇ ਤੁਸੀਂ ਦੇਨੇ ਹੈਗੇ ਆ ਅਨਲੈਸ ਯੂ ਹੈਵ ਟੂ ਪੇ ਫॉर ਐਨ ਕਲਿਕਸ ਐਂਡ ਆਸਕੀ ਫੀ ਵਿਚ ਯੂ ਵਿਲ ਬੀ ਪੇਇੰਗ ਮੀ ਡਾਇਰੈਕਟਲੀ ਸੋ ਕੋਈ ਮਿਡਲ ਪਰਸਨ ਨਹੀਂ ਹੈਗਾ ਇਹਦੇ ਵਿੱਚ ਕੋਈ ਵੀ ਕਿਸੇ ਹੋਰ ਕੋਈ ਵੀ ਪੇਮੈਂਟਸ ਨਹੀਂ ਤੁਸੀਂ ਕਰਨੀਆਂ ਸਿਰਫ ਗਵਰਨਮੈਂਟ ਨੂੰ ਕਰਨੀਆਂ ਐ ਟੈਸਟ ਬੈਟ ਬੈਠਣ ਲਈ ਜਾਂ ਫੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੈ ਮੇਰੀ ਐਜੂਕੇਸ਼ਨ ਦੇ ਲਈ ਦੈਟਸ ਇਟ ਸੋ ਇਟਸ ਅ ਵੈਰੀ ਕਲੀਅਰ ਐਗਜ਼ਾਮ ਜਿਹੜੀ ਤੁਸੀਂ ਆਪਣੀ ਐਡਰੈਸ ਹੈਗਾ ਥੋੜਾ ਜਿਹਾ ਆਪਣਾ ਉਹ ਦੱਸ ਦਿਓ ਆਪਣੀ ਹੈ ਜਿੱਦਾਂ ਤੁਹਾਡੀ ਹੈ ਵੈਬਸਾਈਟ ਹੈਗੀ ਹੈ ਈਮੇਲਸ ਹੈਗੀਆਂ ਤਾਂ ਕਿ ਲੋਕਾਂ ਨੂੰ ਕਨੈਕਟ ਹੋਣ ਚ ਪ੍ਰੋਬਲਮ ਨਾ ਆਏ ਥੋੜਾ ਜਿਹਾ ਇਸ ਬ੍ਰੋਸ਼ਰ ਦੇ ਵਿੱਚ ਵੀ ਮੈਂ ਸਾਰੀ ਆਪਣੀ ਵੈਬਸਾਈਟ ਔਰ ਐਡਰੈਸ ਦਿੱਤੇ ਹੋਏ ਆ ਇਹਦੇ ਵਿੱਚ ਹੀ ਲਿੰਕਸ ਅਪਲੋਡਡ ਨੇ ਕੈਨੇਡਾ ਦੇ ਅਮਰੀਕਾ ਦੇ ਯੂ ਐਸ ਉਹਦੇ ਯੂ ਕੇ ਦੇ ਨਿਊਜ਼ੀਲੈਂਡ ਦੇ ਤੇ ਆਸਟ੍ਰੇਲੀਆ ਦੇ ਲਿੰਕਸ ਵੀ ਇਹਨਾਂ ਵਿੱਚ ਹੀ ਨੇ ਇਫ ਯੂ ਵਾਂਟ ਟੂ ਗੈਟ ਰਜਿਸਟਰਡ 31st ਐਪਲੀਕੇਸ਼ਨ ਪ੍ਰੋਸੈਸ ਕੀ ਹੋਏਗਾ ਤੁਸੀਂ ਉਸ ਲਿੰਕ ਨੂੰ ਕਰਨਾ ਹੈਗਾ ਤੇ ਉਹ ਤੁਹਾਨੂੰ ਅੱਗੇ ਦੇ ਅੱਗੇ ਗਾਈਡ ਕਰਦੇ ਰਹਿਣਗੇ ਕਿ ਤੁਸੀਂ ਕਿਸ ਤਰੀਕੇ ਦਾ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੈਗੇ ਆ ਜੀ ਹਾਂਜੀ ਇਹਦੇ ਵਿੱਚ ਜਿਹੜੀ ਇਹਨਾਂ ਦੀ ਵੈਬਸਾਈਟ ਹੈਗੀ ਮੈਂ ਤੁਹਾਨੂੰ ਇੱਕ ਵਾਰੀ ਦੁਹਰਾ ਦਵਾਂ ਇਟਸ www. jbnursing.com www. .jb, jb j for jaipur j for jaipur and b for bangalore jb nursing.com ਔਰ ਦੂਸਰਾ ਜਿਹੜਾ ਇਹਨਾਂ ਦਾ ਹੈਗਾ ਜੀ ਈਮੇਲ ਇਹਨਾਂ ਦਾ ਨੋਟ ਕਰ ਲਓ ਤੁਸੀਂ ਉਦੇ ਵਿੱਚ ਹੈਗਾ ਜੀ ਐਡਮਿਨ a d m i n jbnursing.com ਫਿਰ jb ਉਹੀ ਹੈ j for jaipur and b for bangalore jb nursing.com ਦੁਬਾਰਾ ਮੈਂ ਇੱਕ ਵਾਰੀ ਦੱਸ ਦੇਣੀ ਹੈ ਈਮੇਲ ਇਹਨਾਂ ਦੀ ਹੈਗੀ ਹੈ ਜੀ admin@jbnursing.com ਯਾਦ ਰੱਖਿਓ ਇਹਨੂੰ ਤੁਸੀਂ www.jbnursing.com ਤੇ ਜਾ ਕੇ ਸਾਰਾ ਦਾ ਸਾਰਾ ਸਰਚ ਕਰ ਸਕਦੇ ਹੋ ਜਿੱਦਾਂ ਦੀ ਤੁਹਾਡੀ ਰਿਕੁਆਇਰਮੈਂਟ ਹੈ ਜੋ ਮੈਡਮ ਨੇ ਗਾਈਡੈਂਸ ਦਿੱਤੀ ਹੈ ਪਾਵਨਾ ਜੀ ਨੇ ਜੋ ਤੁਹਾਨੂੰ ਇੱਕ ਤਰ੍ਹਾਂ ਦੀ ਗਾਈਡੈਂਸ ਦਿੱਤੀ ਹੈ ਉਹਦੇ ਥਰੂ ਤੁਸੀਂ ਸਟੈਪ ਬਾਏ ਸਟੈਪ ਜੇ ਕਰੋਗੇ ਤਾਂ ਤੁਹਾਨੂੰ ਕੋਈ ਵੀ ਤਕਲੀਫ ਨਹੀਂ ਹੋਏਗੀ ਤੁਸੀਂ ਬਹੁਤ ਤਰੀਕੇ ਦੇ ਨਾਲ ਜਿਹੜਾ ਆਪਣੇ ਸੁਪਨੇ ਨੂੰ ਪੂਰਾ ਕਰ ਸਕੋਗੇ ਫਿਰ ਵੀ ਅਸੀਂ ਇੱਕ ਵਾਰੀ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਤੁਹਾਨੂੰ ਇੱਕ ਵਾਰੀ ਫੇਰ ਵੀ ਪ੍ਰੀਸਾਈਸਲੀ ਦੱਸ ਦਿਨ ਮੈਮ ਇੱਕ ਵਾਰੀ ਫੇਰ ਪ੍ਰੀਸਾਈਸਲੀ ਥੋੜਾ ਜਿਹਾ ਉਹਨਾਂ ਦਾ ਪ੍ਰੋਸੀਜਰ ਦੱਸ ਦੋ ਕਿ ਕਿਵੇਂ ਕਰਨਾ ਹੈਗਾ ਜੇ ਤੁਸੀਂ ਲਿੰਕ ਤੇ ਜਾਓਗੇ ਵੈਬਸਾਈਟ ਦੇ ਵਿੱਚ ਜਾਓਗੇ ਦੇ ਵਿੱਚ ਲਿੰਕਸ ਨੇ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਕੈਨੇਡਾ ਦਾ ਅਲੱਗ ਲਿੰਕ ਹੋਏਗਾ ਆਸਟ੍ਰੇਲੀਆ ਲਈ ਅਲੱਗ ਹੋਏਗਾ ਜਾਂ ਨਿਊਜ਼ੀਲੈਂਡ ਲਈ ਅਲੱਗ ਲਿੰਕ ਹੋਏਗਾ ਤੇ ਤੁਸੀਂ ਉਸ ਲਿੰਕ ਤੇ ਕਲਿੱਕ ਕਰੋਗੇ ਤੁਹਾਨੂੰ ਸਟੈਪ ਬਾਈ ਸਟੈਪ ਐਪਲੀਕੇਸ਼ਨ ਪ੍ਰੋਸੈਸ ਸਾਰਾ ਦੱਸ ਦਿੰਗੇ ਮੇਰੇ ਕੋਲ ਲਿੰਕ ਮੇਰੇ ਲੈਪਟਾਪ ਵਿੱਚ ਵੀ ਓਪਨ ਹੈਗੇ ਆ ਆਈ ਕੈਨ ਸਪੋਰਟ ਯੂ ਜੇ ਤੁਸੀਂ ਮੈਨੂੰ ਵਟਸਐਪ ਤੇ ਕਾਲ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਉੱਤੇ ਵੀ ਸਮਝਾ ਸਕਦੀ ਹੈਗੀਆ ਕਿ ਲਿੰਕ ਦੇ ਵਿੱਚ ਜਾ ਕੇ ਵਟਸਐਪ ਨੰਬਰ ਹੈਗਾ 0061 414905700 I'll repeat it it's 0061414905700 te tusi mainu whatsapp te call bhi kar sakde ho brochure vich number ditta hoya hai main thanu link te naal sara samjha sakdi ha these are all government websites this is no uh, middleman in this whole process you will pay everything online nalay going back to your question ke kinna budget hai gaya oskid de exam le you have to pay 4000 dollars australian dollars and click the ਐਗਜ਼ਾਮ ਲਈ ਡਿਪੈਂਡ ਕਰਦਾ 300 ਤੋਂ ਲੈ ਕੇ 500 ਡਾਲਰ ਦੀ ਫੀਸ ਹੈਗੀ ਆ ਤੇ ਉਸ ਲਾਵਾ ਮੇਰੀ ਫੀਸ ਤੁਹਾਡੀ ਆਲਮੋਸਟ 500 ਡਾਲਰ ਆਸਟ੍ਰੇਲੀਅਨ ਹੋਏਗੀ ਜਿਹੜੀ ਕਿ ਤੁਸੀਂ ਕਿਸ਼ਤਾਂ ਦੇ ਵਿੱਚ ਹੌਲੀ ਹੌਲੀ ਦੇਣੀ ਆ ਤੇ ਯੂ ਡੋਨਟ ਨੀਡ ਟੂ ਪੇ ਆਲ ਦਾ ਮਨੀ ਟੁਗੇਦਰ ਐਂਡ ਇਹ ਵੀ ਗਾਰੰਟੀ ਹੈ ਜੇ ਤੁਹਾਡਾ ਇਨਕਲੈਕਸ ਨਹੀਂ ਕਲੀਅਰ ਹੁੰਦਾ ਤੁਸੀਂ ਨੈਕਸਟ ਬੈਕ ਫਰੀ ਆਫ ਕਾਸਟ ਜੁਆਇਨ ਕਰੋਗੇ ਤੁਸੀਂ ਮੈਨੂੰ ਟੋਟਲ ਜੋ ਵੀ ਫੀਸ ਦੇਣੀ ਆ ਇਨਸਟਾਲਮੈਂਟਸ ਵਿੱਚ ਦੇਣੀ ਆ ਫਸਟ 3 ਮੰਥਸ ਯੂ ਵਿਲ ਟੇਕ ਅ ਟੈਸਟ ਐਂਡ ਸੀ ਹਾਊ ਯੂ ਗੋ ਐਂਡ ਯੂ ਪੇ ਮੀ ਫਸਟ ਇਨਸਟਾਲਮੈਂਟ ਸੈਕਿੰਡ ਇਨਸਟਾਲਮੈਂਟ ਤੁਸੀਂ 3 ਮਹੀਨੇ ਮਗਰੋਂ ਦੋਗੇ ਥਰਡ ਇਨਸਟਾਲਮੈਂਟ When you're ready for your NCLEX exam, and I tell you you're ready, then only you will pay. That is the only fee you have to pay, which is not government one. Otherwise, all fees are online, and you pay to a registered authorization body in Canada, New Zealand, or Australia. That's it. Yeah. ਬਹੁਤ ਬਹੁਤ ਧੰਨਵਾਦ ਮਦਮਾ ਜੀ ਤੁਹਾਡਾ ਤੁਸੀਂ ਬੱਚਾ ਨੂੰ ਜਾਂ ਜਿਹੜੇ ਇੰਡੀਆ ਚ ਬੈਠੇ ਲੋਕ ਨਰਸਿੰਗ ਚ ਜਾਣਾ ਚਾਹੁੰਦੇ ਆ ਕੈਨੇਡਾ ਆਸਟ੍ਰੇਲੀਆ ਜਾਂ ਦੂਸਰੇ ਦੇਸ਼ਾਂ ਦੇ ਵਿੱਚ ਤੁਸੀਂ ਉਹਨਾਂ ਦੀ ਹੈਲਪਰਨ ਵਾਸਤੇ ਆਏ ਤੁਸੀਂ ਆਸਟ੍ਰੇਲੀਆ ਤੋਂ ਚੱਲ ਕੇ ਆਏ ਹੋ ਔਰ ਸਾਡੇ ਇੱਥੇ ਜਿਹੜੇ ਲੋਕ ਜਾਂ ਬੱਚੇ ਜਿਹੜੇ ਐਸਪੀਰੈਂਟਸ ਨੇ ਉਹਨਾਂ ਨੂੰ ਸਮਝਾਣ ਤੇ ਉਹਨਾਂ ਨੂੰ ਤੁਸੀਂ ਗਾਈਡ ਕਰਨ ਆਏ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮੱਚ ਫॉर ਟਾਈਮ ਥੈਂਕ ਯੂ ਥੈਂਕ ਯੂ ਸੋ ਮੱਚ ਐਸ ਆਰ ਡੀ ਨਾਲ ਸੀਗੇ ਭਾਵਨਾ ਕੌਰ ਜਿਨ੍ਹਾਂ ਨੇ ਸਾਨੂੰ ਐਨਕਲੈਕਸ ਦੇ ਬਾਰੇ ਦੱਸਿਆ ਔਰ ਖਾਸ ਕਰਕੇ ਜਿਹੜਾ ਇਹ ਟੈਸਟ ਹੈ ਸਾਨੂੰ ਪਾਸ ਕਿਵੇਂ ਕਰਨਾ ਹੈ ਉਹ ਤੁਹਾਨੂੰ ਗਾਈਡ ਕਰਨਗੇ ਪ੍ਰੋਪਰਲੀ ਪ੍ਰੋਪਰਲੀ ਉਹਨਾਂ ਨੇ ਤੁਹਾਨੂੰ ਆਪਣੀ ਵੈਬਸਾਈਟਸ ਦੇ ਬਾਰੇ WhatsApp ਨੰਬਰ ਸਭ ਚੀਜ਼ਾਂ ਦੇ ਬਾਰੇ ਦੱਸ ਦਿੱਤਾ ਹੈ ਗੌਰ ਨਾਲ ਇਸ ਇੰਟਰਵਿਊ ਦਾ ਇੱਕ ਇੱਕ ਸ਼ਬਦ ਸੁਣੋ ਔਰ ਗੌਰ ਨਾਲ ਵੈਬਸਾਈਟ ਦੋ ਤਿੰਨ ਵਾਰ ਦੁਹਰਾਈ ਗਈ ਹੈ ਉਹਨਾਂ ਨੇ ਨੰਬਰ ਵੀ ਦੋ ਤਿੰਨ ਵਾਰ ਦੁਹਰਾਇਆ ਹੈ ਉਸ ਨੂੰ ਜਾ ਕੇ ਦੇਖੋ ਪਰਖੋ ਔਰ ਇਹਨਾਂ ਦੀ ਗਾਈਡੈਂਸ ਲਓ ਆ ਗਾਈਡੈਂਸ ਲੈਣ ਤੋਂ ਬਾਅਦ ਤੁਸੀਂ ਉਹ ਟੈਸਟ ਦੇ ਲਈ ਤਿਆਰੀ ਕਰੋ ਜੇ ਤੁਹਾਡੇ ਵਿੱਚ ਉਹ ਜਜ਼ਬਾ ਹੈ ਜੇ ਤੁਸੀਂ ਪੜਾਈ 'ਚ ਹਜੇ ਵੀ ਅੱਗੇ ਜਾਣਾ ਚਾਹੁੰਦੇ ਹੋ ਜੇ ਤੁਹਾਡਾ ਵਿਦੇਸ਼ ਜਾ ਕੇ ਉੱਥੇ ਚੰਗੀ ਨੌਕਰੀ ਕਰਨ ਦਾ ਔਰ ਖਾਸ ਕਰਕੇ ਹੈਲਥ케ਅਰ ਦੇ ਵਿੱਚ ਜਾਣ ਦਾ ਕੋਈ ਵੀ ਮਨ ਦੇ ਵਿੱਚ ਇੱਕ ਤਰ੍ਹਾਂ ਦੀ ਇੱਛਾ ਹੈ ਕੋਈ ਮਨਸੂਬਾ ਹੈ ਕੋਈ ਸੁਪਨਾ ਹੈ ਤਾਂ ਤੁਸੀਂ ਉਹਨੂੰ ਪੂਰਾ ਕਰਨ ਵਾਸਤੇ ਭਾਵਨਾ ਕਾਲਜ ਦੇ ਨਾਲ ਜ਼ਰੂਰ ਇੱਕ ਵਾਰੀ ਕੰਟੈਕਟ ਕਰੋ ਔਰ ਤੁਹਾਨੂੰ ਬਿਲਕੁਲ ਵੀ ਕਿਸੇ ਵੀ ਤਰੀਕੇ ਦੀ ਤਕਲੀਫ ਨਹੀਂ ਆਏਗੀ ਕੋਈ ਵੀ ਤੁਹਾਡਾ ਜਿਹੜਾ ਹੈਗਾ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਔਰ ਪੂਰੇ ਤਰੀਕੇ ਦੇ ਨਾਲ ਉਹ ਤੁਹਾਨੂੰ ਤਿਆਰ ਕਰਕੇ ਤੁਹਾਡਾ ਟੈਸਟ ਜਿਹੜਾ ਪਾਸ ਕਰਵਾਂਗੇ ਸੁਪਨੇ ਲੈਣੇ ਚਾਹੀਦੇ ਐ ਕਹਿੰਦੇ ਐ ਨਾ ਕਿ ਸੁਪਨਿਆਂ ਦੇ ਨਾਲ ਖਾਸ ਕਰਕੇ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਕਿਤੇ ਸੈੱਟ ਹੋਣਾ ਹੈ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਹੈ ਤਾਂ ਸੁਪਨੇ ਲੈਣੇ ਬਹੁਤ ਜ਼ਰੂਰੀ ਹੈ ਪਹਿਲੇ ਸੁਪਨੇ ਲਓ ਫਿਰ ਉਹਨਾਂ ਨੂੰ ਸਾਕਾਰ ਕਰੋ ਪਰ ਕਹਿੰਦੇ ਐ ਨਾ ਕਿ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਾਸਤੇ ਜੇ ਸਮੁੰਦਰ ਬਹੁਤ ਵੱਡਾ ਹੋਏ ਤਾਂ ਤੁਹਾਨੂੰ ਕੋਈ ਨਾ ਕੋਈ 베ੜੀ ਐ ਮਲਾਹ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ ਜਿਹੜਾ ਤੁਹਾਨੂੰ ਦਿਖਾਏ ਕਿ ਰਸਤਾ ਕਿੱਧਰ ਹੈ ਉਹਦੇ ਲਈ ਭਾਵਨਾ ਕੌਰ ਬਿਲਕੁਲ ਤਿਆਰ ਨੇ ਔਰ ਖੁਦ ਆਸਟ੍ਰੇਲੀਆ ਤੋਂ ਚੱਲ ਕੇ ਆਏ ਨੇ ਇੱਥੋਂ ਦੇ ਬੱਚਿਆਂ ਤੇ ਐਸਪੀਰੀਐਂਟਸ ਨੂੰ ਸਮਝਾਉਣ ਵਾਸਤੇ ਦੱਸਣ ਵਾਸਤੇ ਗਾਈਡ ਕਰਨ ਵਾਸਤੇ ਕਿ ਤੁਸੀਂ ਜੇ ਆਸਟ੍ਰੇਲੀਆ ਕੈਨੇਡਾ ਜਾ ਕੇ ਹੈਲਥ케ਅਰ ਦੇ ਵਿੱਚ ਜੌਬਸ ਕਰਨੀਆਂ ਚਾਹੁੰਦੇ ਹੋ ਅੱਗੇ ਟੈਸਟ ਕਲੀਅਰ ਕਰਕੇ ਪੜ੍ਹਨਾ ਚਾਹੁੰਦੇ ਹੋ ਜਾਂ ਉਸ ਤਰੀਕੇ ਦੇ ਨਾਲ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਨਾਲ ਹਾਂ ਮੈਂ ਤੁਹਾਡੀ ਹੈਲਪ ਕਰਾਂਗੀ ਭਾਵਨਾ कौर ਸਾਡੇ ਨਾਲ ਸੀਗੇ ਕਾਫੀ ਕੁਐਰੀਜ਼ ਹੁੰਦੀਆਂ ਐ ਇੱਥੇ ਸਾਡੇ ਨਾਲ ਨਿਸ਼ਾ ਸਿੰਗਲਾ ਜੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਉਂ ਸਮਝਦੇ ਨੇ ਕਿ ਇੱਥੋਂ ਲੋਕਾਂ ਨੂੰ ਬੱਚਾ ਨੂੰ ਕਲੀਅਰ ਕਰਨਾ ਚਾਹੀਦਾ ਹੈ ਇਸ ਟੈਸਟ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਔਰ ਜਾਣਾ ਚਾਹੀਦਾ ਹੈ ਬਾਹਰ ਕੀ ਸਕੋਪ ਹੈ ਉਹਨਾਂ ਦੀ ਕੀ ਰਾਏ ਹੈ ਉਹਨਾਂ ਤੋਂ ਜ਼ਰੂਰ ਪੁੱਛਦੇ ਆ ਨਿਸ਼ਾ ਜੀ ਜਿਸ ਤਰ੍ਹਾਂ ਇਨਕਲਸ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਆਂ ਪਾਵਨਾ ਜੀ ਨੇ ਸਾਨੂੰ ਬਹੁਤ ਕੁਝ ਦੱਸਿਆ ਦੇ ਬਾਰੇ ਤੁਸੀਂ ਵੀ ਆਏ ਤੁਸੀਂ ਵੀ ਸੁਣ ਰਹੇ ਸੀਗੇ ਤੁਹਾਡੇ ਵੀ ਸ਼ਾਇਦ ਆਪਣੇ ਤਰੀਕੇ ਦੇ ਮਨ ਵਿੱਚ ਕਈ ਕੁਐਰੀਜ਼ ਹੋਣਗੀਆਂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਖਾਸ ਕਰਕੇ ਅੱਜਕੱਲ ਜਿੱਦਾਂ ਬਹੁਤ ਹੀ ਅਨਇੰਪਲੋਇਮੈਂਟ ਹੈਗੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸਿੱਕਰੀਏ ਤੇ ਕਰੀਏ ਕੀ ਪਰ ਨਰਸਿੰਗ ਇੱਕ ਅੱਛਾ profession ਹੈਗਾ ਬੜਾ ਨੋਬਲ ਜਿਹਾ profession ਹੈਗਾ ਰਸਤਾ ਬਾਹਰ ਜਾਣ ਦਾ ਉਹਦੀ ਗਾਈਡੈਂਸ ਤਾਂ ਭਾਵਨਾ ਜੀ ਦੇ ਰਹੇ ਨੇ ਪਰ ਤੁਹਾਡੇ ਵਿਚਾਰ ਕੀ ਨੇ ਦੇਖੋ ਜੀ ਮੇਰੇ ਵਿਚਾਰ ਇਹ ਹੈ ਜੇ ਨਰਸਿੰਗ ਤੋਂ ਅੱਜ ਦੇ ਟਾਈਮ ਦੇ ਵਿੱਚ ਨਰਸਿੰਗ ਤੋਂ ਵਧੀਆ profession ਕੋਈ ਨਹੀਂ ਹੈ ਅੱਜ ਕੱਲ ਇੰਨੀ ਐਨ ਇੰਪਲੋਇਮੈਂਟ ਹੋ ਗਈ ਹੈ ਚਾਹੇ ਜੇ ਤੁਸੀਂ ਨਰਸਿੰਗ ਕਰ ਲੋ ਨਾ ਨਾ ਤੁਹਾਡੇ ਕੋਲ ਇੰਡੀਆ ਚ ਕਮੀ ਹੈ ਨਾ ਤੁਹਾਡੇ ਕੋਲ ਬਾਹਰ ਕਮੀ ਹੈ ਇੱਕ ਜਿਹੜੀ ਨਰਸ ਹੈ ਉਹ ਆਪਣੇ ਪੂਰੇ ਪਰਿਵਾਰ ਨੂੰ ਬੜੀ ਅੱਛੇ ਤਰੀਕੇ ਨਾਲ ਬੜੇ ਅੱਛਾ ਸਟੇਟਸ ਲੈ ਕੇ ਉਹ ਇੰਡੀਆ ਚ ਵੀ ਤੇ ਬਾਹਰ ਵੀ ਬਾਹਰ ਤਾਂ ਬਾਹਰ ਤਾਂ ਕੋਈ ਇਹਦਾ ਉਹੀ ਨਹੀਂ ਹੈ ਬਿਲਕੁਲ ਬਿਲਕੁਲ ਕਿ ਬਹੁਤ ਅੱਛੀ ਤਰ੍ਹਾਂ ਉਹ ਕਰ ਸਕਦੀ ਹੈ ਦੇਖੋ ਜੇ ਤਾਂ ਤੁਸੀਂ ਮੈਨੂੰ ਤਾਂ ਐਂ ਲੱਗਦਾ ਹੈ ਕਿ ਹਰ ਬੱਚੇ ਨੂੰ ਜਿਹੜਾ ਕਿ ਐਵਰੇਜ ਹੈ ਪੜਨ ਦੇ ਵਿੱਚ ਠੀਕ ਠਾਕ ਹੈ ਉਹਨੂੰ ਬੀਐਸਸੀ ਨਰਸਿੰਗ ਇੱਥੋਂ ਕਰ ਲੈਣੀ ਚਾਹੀਦੀ ਹੈ ਗਵਰਨਮੈਂਟ ਸੀਟ ਮਿਲ ਗਈ ਤਾਂ ਬੱਲੇ ਬੱਲੇ ਨਹੀਂ ਤਾਂ ਪ੍ਰਾਈਵੇਟ ਲੈ ਕੇ ਉਹਨੂੰ ਬੀਐਸਸੀ ਨਰਸਿੰਗ ਕਰ ਲੈਣੀ ਚਾਹੀਦੀ ਹੈ ਕਿਉਂਕਿ ਦਾ ਸਕੋਪ ਹੀ ਬਹੁਤ ਹੈ ਅੱਜ ਦੇ ਟਾਈਮ 'ਚ ਬਹੁਤ ਸਕੋਪ ਹੈ ਨਰਸਿੰਗ ਦਾ ਦੇਖੋ ਜੇ ਬੀਐਸਸੀ ਨਰਸਿੰਗ ਕਰਕੇ ਤੁਸੀਂ ਇੰਡੀਆ 'ਚ ਰਹਿ ਗਏ ਤੁਹਾਨੂੰ ਸਰਕਾਰੀ ਨੌਕਰੀ ਮਿਲ ਗਈ ਤਾਂ ਵੀ ਠੀਕ ਹੈ ਥੈਨ ਤੁਸੀਂ ਆਪਣਾ ਇੱਕ ਅੱਛੇ ਸਟੇਟਸ ਦੇ ਨਾਲ ਜੀ ਕਹਿੰਦੇ ਹੁੰਦੇ ਨੇ ਨਾ ਬੇਸਿਕ ਨੀਡਸ ਐਂਡ ਇਕ ਅੱਛਾ ਸਟੇਟਸ ਜਿਹੜਾ ਹੋਗਾ ਹਾਂ ਉਹ ਬੜੇ ਅੱਛੇ ਤਰੀਕੇ ਨਾਲ ਕਰ ਸਕਦੇ ਹੋ ਪਰ ਜੇ ਤੁਸੀਂ ਬਾਹਰ ਜਿਸ ਤਰ੍ਹਾਂ ਭਾਵਨਾ ਨੇ ਦੱਸਿਆ ਕਿ ਐਨਕਲੈਕਸ ਕਲੀਅਰ ਕਰੋ ਹੈਨਾ ਫਿਰ ਜਿਵੇਂ ਆਸਟ੍ਰੇਲੀਆ ਵਾਸਤੇ ਆਸਕੀ ਕਲੀਅਰ ਕਰੋ ਦੈਨ ਉਸ ਤੋਂ ਬਾਅਦ ਪੀਟੀ ਟੈਸਟ ਹੁੰਦਾ ਉਹ ਕਲੀਅਰ ਕਰੋ ਦੈਨ ਤੁਹਾਨੂੰ ਜਿਵੇਂ ਬੱਚੇ ਅੱਜਕੱਲ ਲੈ ਕੇ ਜਾ ਰਹੇ ਨੇ 20 25-25 ਲੱਖ ਰੁਪਏ ਬਾਹਰ ਜਾਣ ਵਾਸਤੇ ਲਾ ਰਹੇ ਨੇ ਪੇਰੈਂਟਸ ਐਨੇ ਔਖੇ ਹੋਏ ਹੋਏ ਆ ਤੇ ਜੇ ਤੁਸੀਂ ਇੱਥੋਂ 12ਵੀਂ ਕਰਕੇ ਬੀਐਸਸੀ ਨਰਸਿੰਗ ਇੱਥੋਂ ਕਰ ਲੈਨੇ ਹੋ ਦੈਨ ਤੁਸੀਂ ਐਨਕਲੈਕਸ ਦਾ ਇਗਜ਼ਾਮ ਕੋਈ ਬਹੁਤ ਵੱਡਾ ਐ ਏਦਾਂ ਨਹੀਂ ਕਿ ਕੋਈ ਹਉਆ ਹੀ ਐ ਕਿ ਤੁਸੀਂ ਕਲੀਅਰ ਨਹੀਂ ਕਰ ਸਕਦੇ ਜੇ ਤੁਸੀਂ ਥੋੜੀ ਬਹੁਤ ਅੱਛੇ ਤਰੀਕੇ ਦੇ ਨਾਲ 2-3 ਘੰਟੇ ਡੇਲੀ ਦੇ ਸਟੱਡੀ ਕਰਕੇ 3-4 ਮਹੀਨੇ ਤੁਸੀਂ ਐਨ ਚੰਗੀ ਤਰ੍ਹਾਂ ਕੰਸਿਸਟੈਂਟ ਹੋ ਕੇ ਕਰਦੇ ਹੋ ਤਾਂ ਤੁਸੀਂ ਐਨਕਲੈਕਸ ਕਲੀਅਰ ਕਰ ਸਕਦੇ ਹੋ ਔਸਕੀ ਕਲੀਅਰ ਕਰ ਸਕਦੇ ਹੋ ਪੀਟੀ ਟੈਸਟ ਕਲੀਅਰ ਤੇ 20-25 ਲੱਖ ਮਾਪੇ-ਪਿਓ ਦਾ ਕਿਉਂ ਲਗਵਾਣਾ ਹੈ ਇਹਨਾਂ ਟੈਸਟਾਂ ਪਿੱਛੇ ਕੀ ਤੁਹਾਡਾ ਹਾਰਡਲੀ ਤੁਸੀਂ ਕੋਚਿੰਗ ਵੀ ਤਿਆਰੀ ਕਰਦੇ ਹੋ ਸਭ ਕੁਝ ਕਰਦੇ ਹੋ ਤੁਹਾਡਾ 1 ਲੱਖ ਰੁਪਇਆ ਵੀ ਨਹੀਂ ਲੱਗਦਾ ਤੁਸੀਂ ਉਹ ਲੈ ਕੇ ਨਾਲੇ ਬਾਹਰ ਜਾਣੇ ਨਾਲ ਤੁਹਾਨੂੰ ਗਵਰਨਮੈਂਟ ਬੁਲਾਉਂਦੀ ਆ ਬਾਹਰ ਨਾਲ ਤੁਸੀਂ ਸਿਕਿਉਰ ਹੋ ਜੰਨੇ ਹੋ ਸਾਰੀਆਂ ਨਰਸਿੰਗ ਦੇ ਤੁਹਾਨੂੰ ਜਿੰਨਾ ਵੀ ਨਰਸਿੰਗ ਤੋਂ ਬਾਹਰ ਵੀ ਤੁਸੀਂ ਲਗਾ ਲਓ ਤੁਸੀਂ ਕਿਤੋਂ ਵੀ ਇਨਕੁਆਇਰ ਕਰ ਲਓ ਨਰਸਿੰਗ ਤੋਂ ਬੈਟਰ ਕੋਈ ਸਿਕਿਉਰ ਪ੍ਰੋਫੈਸ਼ਨ ਨਹੀਂ ਹੈ ਬਾਹਰ ਵੀ ਸਰਕਾਰ ਨੂੰ ਇੰਨੀ ਜ਼ਰੂਰਤ ਹੈ ਚਾਹੇ ਕੋਈ ਵੀ ਕੰਟਰੀ ਹੈ ਯੂਕੇ ਹੈ ਕੈਨੇਡਾ ਹੈ ਆਸਟ੍ਰੇਲੀਆ ਹੈ ਯੂਐਸਏ ਹੈ ਨਰਸਿਸ ਹਰ ਜਗ੍ਹਾ ਛਾਈਆਂ ਹੋਈਆਂ ਨੇ ਨਰਸਿੰਗ ਵਰਗਾ profession ਕੋਈ ਨਹੀਂ ਹੈ ਮੈਂ ਕਹਿੰਨੀ ਇੱਕ ਨਰਸ ਕੰਮ ਕਰਦੀ ਹੈ ਉਹ ਆਪਣਾ ਪੂਰੇ ਪਰਿਵਾਰ ਨੂੰ ਬੜੇ ਆਰਾਮ ਦੇ ਨਾਲ ਬੜੇ ਅੱਛੇ ਢੰਗ ਦੇ ਨਾਲ ਉਹ ਕਰ ਸਕਦੀ ਹੈ ਇਸ ਕਰਕੇ ਫਿਰ ਬੱਚੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਨਾ ਬਾਹਰ ਕਿਉਂ ਨਾ ਜਾਣ ਮੈਂ ਤਾਂ ਕਹਿੰਨੀ ਆ ਬਾਹਰ ਜਾਣ ਇੰਡੀਆ ਚ ਸਰਕਾਰੀ ਨੌਕਰੀ ਮਿਲ ਗਈ ਹੈ ਤੁਹਾਨੂੰ ਤਾਂ ਠੀਕ ਹੈ ਲੇਕਿਨ ਇੰਡੀਆ ਚ ਦੇ ਹੋਰ ਪ੍ਰੋਬਲਮਸ ਨੇ ਇੰਡੀਆ ਦਾ ਜਿਵੇਂ ਦੇਖੋ ਇੱਥੇ ਜਿਹੜੇ ਹੈਗੇ ਸਰਕਾਰੀ ਹਸਪੀਟਲ ਰਿਕਰੂਟਮੈਂਟਾਂ ਹੀ ਨਹੀਂ ਕਰਦਾ ਤੇ ਨੇਚਰਲੀ ਪੂਰਾ ਪੂਰਾ ਵਾਰਡ ਸੰਭਾਲਣਾ ਇੱਕ ਨਰਸ ਦੇ ਪਿੱਛੇ ਜੇ ਜਨਰਲ ਵਾਰਡ ਹੈ ਤਾਂ ਤੁਹਾਨੂੰ 15-15 20-20 ਮਰੀਜ਼ ਮਿਲਦੇ ਆ ਜੇ ਤੁਹਾਡਾ ਆਈਸੀਯੂ ਹੈ 1:2:5 ਦੀ ਰੇਸ਼ੋ ਹੈ ਉੱਥੇ ਜਾ ਕੇ ਥੋੜਾ ਜਿਹਾ ਬਰਡਨ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਸੰਭਾਲਣਾ ਦੇਖੋ ਇੱਕ ਲੇਡੀ ਹੈ ਉਹਨੇ ਘਰ ਵੀ ਸੰਭਾਲ ਲੈ ਉਹਨੇ ਹਸਪੀਟਲ ਵੀ ਸੰਭਾਲਾ ਉਹਨੇ ਵਰਕਿੰਗ ਜਿੱਥੇ ਵੀ ਉਹ ਕੰਮ ਕਰਦੀ ਹੈ ਉਹ ਵੀ ਦੇਖਣਾ ਲੇਕਿਨ ਤੁਹਾਡੇ ਦੇ ਜੇ ਵਰਕਿੰਗ ਉਹਦਾ ਇੰਨਾ ਬਰਡਨ ਹੋ ਜਾਂਦਾ ਹੈ ਦੈਨ ਇਟ ਇਜ਼ ਵੈਰੀ ਡਿਫਿਕਲਟ ਟੂ ਮੈਨੇਜ ਫੈਮਿਲੀ ਵਿਦ ਵਰਕ ਹੈ ਨਾ ਜਿੱਥੇ ਸਪੈਸਿਫਿਕ ਹੋ ਕੇ ਗੱਲ ਕਰ ਰਹੇ ਹੋ ਭਾਵਨਾ ਜੀ ਨੇ ਜਿੰਨਾ ਤੱਕ ਦੱਸਿਆ ਔਰ ਖਾਸ ਕਰਕੇ ਬਾਹਰਲੇ ਦੇਸ਼ਾਂ ਦੀ ਜੇ ਗੱਲ ਕਰੀਏ ਉਥੇ ਤਾਂ ਮੇਲ ਔਰ ਫੀਮੇਲ ਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਉਹ ਕਹਿੰਦੇ ਵੀ ਮੇਲਸ ਵੀ ਬਹੁਤ ਜ਼ਿਆਦਾ ਅੱਛੇ ਨਰਸਸ ਉਥੇ ਪ੍ਰੂਵ ਹੋਏ ਨੇ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਮੇਲ ਅੱਜ ਕੱਲ ਕੋਈ ਫਰਕ ਨਹੀਂ ਹੈ ਅੱਜ ਕੱਲ ਮੇਲਸ ਵੀ ਮੈਨੂੰ ਲੱਗਦਾ ਤੁਸੀਂ ਰਾਜਸਥਾਨ ਵਾਲੀ ਸਟੇਟ ਲੈ ਲਓ ਤਾਂ ਉਥੇ ਮੈਨੂੰ ਲੱਗਦਾ ਹੈ ਮੇਲ ਜ਼ਿਆਦਾ ਨੇ ਤੁਸੀਂ ਪੀਜੀਆਈ ਚ ਵੀ ਦੇਖ ਲਓ ਸਾਰਾ ਰਾਜਸਥਾਨ ਭਰਿਆ ਪਿਆ ਜਿੰਨੇ ਵੀ ਮੁੰਡੇ ਨੇ ਸਭ ਰਾਜਸਥਾਨ ਦੇ ਨੇ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵਸੁੰਧਰਾ ਰਾਜੇ ਸਿੰਧਿਆ ਨੇ ਕੋਈ ਟਾਈਪ ਅਪ ਕੀਤਾ ਹੋਇਆ ਹੈ ਪੀਜੀਆਈ ਨਾਲ ਕੀ ਸਾਰੇ ਮੇਲ ਹੈਗੇ ਆ ਇੱਥੇ ਹੈਨਾ ਤੇ ਇਸ ਕਰਕੇ ਮੈਨੂੰ ਲੱਗਦਾ ਚਾਹੇ ਉਹ ਲੜਕੇ ਆ ਚਾਹੇ ਲੜਕੀਆਂ ਨੇ ਨਰਸਿੰਗ ਤੋਂ ਵਧੀਆ ਪ੍ਰੋਫੈਸ਼ਨ ਕੋਈ ਨਹੀਂ ਜੀ ਇੱਥੇ ਸਰਕਾਰੀ ਨੌਕਰੀ ਮਿਲ ਗਈ then ਇਟਸ ਓਕੇ ਕਿ ਤੁਸੀਂ ਇੱਕ ਅੱਛਾ ਆਪਣਾ ਲਾਈਫ ਸਟਾਈਲ ਲੇਕਿਨ ਇੱਥੇ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਬਾਹਰ ਜਾਓ ਤਾਂ ਤੁਹਾਡਾ ਸਿਕਿਉਰ ਵੀ ਐ ਤੁਸੀਂ ਅੱਛਾ ਲਾਈਫ ਸਟਾਈਲ ਵੀ ਜੀਨੇ ਹੋ ਤੁਸੀਂ ਸਾਰੀਆਂ ਚੀਜ਼ਾਂ ਚ ਬੈਟਰ ਹੋ ਤਾਂ ਮੈਂ ਭਾਵਨਾ ਜੀ ਕੋਰਸਸ ਦੱਸ ਰਹੇ ਨੇ ਜਿਸ ਤਰੀਕੇ ਦੇ ਨਾਲ ਉਹ ਗਾਈਡ ਕਰ ਰਹੇ ਨੇ ਕਨਵਿੰਸ ਹੋ ਦੇ ਨਾਲ ਬਿਲਕੁਲ ਮੈਂ ਬਿਲਕੁਲ ਸਹਿਮਤ ਹਾਂ ਭਾਵਨਾ ਦੇ ਨਾਲ ਕਿ ਐਨਕਲੈਕਸ ਕਰੋ ਆਸਕੀ ਕਰੋ then ਤੁਸੀਂ ਪੀਟੀਈ ਕਲੀਅਰ ਕਰੋ then ਤੁਸੀਂ ਬਾਹਰ ਜਾਓ ਤੁਹਾਡਾ ਕੁਝ ਵੀ 20-25 ਲੱਖ ਤੁਸੀਂ ਆਪਣਾ ਬਚਾਓ ਕਿਉਂ ਖਰਚਣਾ ਹੈ ਬਈ ਅਸੀਂ ਠੀਕ ਹੈ ਨਾ ਬਲਕਿ ਬਾਹਰਲੇ ਦੇਸ਼ਾਂ ਤੋਂ ਲੈ ਕੇ ਆਓ ਤੁਸੀਂ ਕਮਾ ਕੇ ਲੈ ਕੇ ਆਓ ਨਾ ਕਿ ਆਪਣੇ ਦੇਸ਼ ਦੀ ਜਿਹੜੀ ਉਹ ਹੈਗੀ ਆ ਉਹ ਲੈ ਕੇ ਜਾਓ ਉੱਥੇ ਠੀਕ ਹੈ ਨਾ ਇਸ ਕਰਕੇ ਬੱਚੇ ਕਰਨ ਅਸੀਂ ਤਾਂ ਕਹਿੰਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਨਰਸਿੰਗ ਕਰਨ ਬਾਹਰ ਜਾਣ ਇੰਜੋਏ ਕਰਨ ਆਪਣੀ ਲਾਈਫ ਨੂੰ ਥੈਂਕ ਯੂ ਵੈਰੀ ਮਚ ਐ ਸਰਟੀਨਲ ਸਗੇ ਨੀਸ਼ਾ ਸਿੰਘਲਾ ਜਿਨ੍ਹਾਂ ਨੇ ਪੂਰੇ ਤਰੀਕੇ ਦੇ ਨਾਲ ਸਾਨੂੰ ਗੱਲਬਾਤ ਦਾ ਸੀ ਕਨਵਿੰਸ ਨੇ ਉਹ ਕਹਿੰਦੇ ਨੇ ਕਿ ਵਾਕੇ ਹੀ ਆ ਇਹ profession ਬਹੁਤ ਨੋਬਲ ਹੈ ਵਧੀਆ profession ਹੈ ਔਰ ਅਪਣਾਉਣਾ ਚਾਹੀਦਾ ਔਰ ਖਾਸ ਕਰਕੇ ਜੇ ਕੋਈ ਬੱਚਾ ਐਵਰੇਜ ਹੈ ਉਹਦੇ ਲਈ ਬਹੁਤ ਹੀ ਸੂਟੇਬਲ profession ਹੈ ਔਰ ਖਾਸ ਕਰਕੇ ਤਿਆਰੀ ਕਰਨ ਔਰ ਜਿਹੜੇ ਖਾਸ ਕਰਕੇ ਉਹਨਾਂ ਨੇ ਭਾਵਨਾ ਕੌਰ ਦੇ ਜਿਹੜੇ ਉਹ ਅੱਜ ਗਾਈਡ ਬਣ ਕੇ ਆਏ ਨੇ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹ ਇਹ ਸਾਰੇ ਦੇ ਸਾਰੇ ਲਾਈਨ ਐਂਡ ਲੈਂਥ ਕਵਰ ਕਰਦੇ ਕਰਦੇ ਆਪਣੇ ਟੈਸਟ ਪਾਸ ਕਰਕੇ ਉੱਥੇ ਪਹੁੰਚ ਸਕਦੇ ਉਹਦੇ ਨਾਲ ਉਹ ਕਨਵਿੰਸ ਨੇ ਉਹ ਕਹਿੰਦੇ ਵਾਕੇ ਹੀ ਇੰਨਾ ਜ਼ਿਆਦਾ 25 ਤੋਂ 30 ਲੱਖ ਰੁਪਇਆ ਲਾ ਕੇ ਖੱਜਲ ਹੁੰਦੇ ਬਾਹਰ ਜਾ ਰਹੇ ਨੇ ਬੱਚੇ ਉਸ ਤੋਂ ਚੰਗਾ ਇਹੀ ਹੈ ਕਿ ਤੁਸੀਂ ਇਹ ਟੈਸਟ ਕਲੀਅਰ ਕਰੋ ਔਰ ਉੱਥੋਂ ਦੀ ਸਰਕਾਰ ਤੁਹਾਨੂੰ ਜੌਬ ਸਿਕਿਉਰਿਟੀ ਦਿੰਦੇ ਹੋਏ ਪਿੱਕ ਕਰਕੇ ਲੈ ਕੇ ਜਾਏਗੀ RAMNAL ਜਾਓ ਔਰ ਆਪਣੀ ਲਾਈਫ ਜਿਹੜੀ ਹੈ ਉਹ ਚੰਗੀ ਬਿਤਾਓ ਤੇ ਆਪਣੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਸਾਕਾਰ ਕਰੋ